ਜੇ ਅਸੀਂ ਭੰਗੜੇ ਦੀ ਗੱਲ ਹੀ ਨਾ ਕਰਾਂਗੇ ਤਾਂ ਸਾਡੇ ਮੁੰਡਿਆਂ ਨੇ ਤਾਂ ਵੈਸਟਰਨ ਵਾਲਾ ਜਾਣਾ ਹੀ ਆ ਉਹਨਾਂ ਨੇ ਕੇਸ ਕਟਾ ਦੇਣੇ ਨੇ ਦਸਤਾਰਾਂ ਲਾ ਦੇਣੀਆਂ ਨੇ ਉਹਨਾਂ ਨੂੰ ਉਹੀ ਡਿਸਕੋ ਡਾਂਸ ਕਰ ਦੇਣਾਗਾ ਮੈਂ ਕਿੱਧਰ ਗਿੱਧੇ ਭੰਗੜਿਆਂ ਚ ਡਾਂਸ ਵਾਲੇ ਪਾਸੇ ਸਾਡੇ ਪੰਜਾਬੀ ਜਾਣ ਲੱਗ ਪਏ ਸਾਡਾ ਸਾਡੀ ਤਾਂ ਸਾਡਾ ਤਾਂ ਇਤਿਹਾਸ ਇਹ ਕਹਿੰਦਾ ਹੈ ਇਹ ਨਹੀਂ ਹੋਣਾ ਚਾਹੀਦਾ ਕੱਲਾ ਇਹ ਨਹੀਂ ਹੈਗਾ ਜੀ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆਂ ਸਿੱਖ ਧਰਮ ਦੇ ਵਿੱਚ ਵੀ ਹੱਸਣਾ ਖੇਡਣਾ ਹੈ ਹੂੰ ਹੱਸ ਖੇਡ ਸਕਦੇ ਆਂ ਅਸੀਂ ਹਰ ਪਰਿਵਾਰ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਸਿੱਠਣੀਆਂ ਲੱਗਦੀਆਂ ਨੇ ਰਵੈਤੀ ਗੀਤ ਗਾਏ ਜਾਂਦੇ ਨੇ ਘੋੜੀਆਂ ਸੁਹਾਗ ਗਾਏ ਜਾਂਦੇ ਨੇ ਉਹ ਸਾਡਾ ਇੱਕ 파ਟ ਹੈ ਜੇ ਮੈਂ ਆ ਗਿਆ ਕੋਈ ਗਿੱਧਾ ਮੈਂ ਤਾਂ ਬਣਾ ਨਹੀਂ ਤਾ ਆਪਦੇ ਕੋਲ ਤਾਂ ਬਣਾਇਆ ਨਹੀਂ ਕੋਈ ਗੀਤ ਨਹੀਂ ਮੈਂ ਆਪਦੇ ਕੋਲ ਬਣਾਇਆ ਕੋਈ ਮੈਂ ਸਟੈਪ ਨਹੀਂ ਆਪਣੇ ਕੋਲੇ ਬਣਾਇਆ ਅਸੀਂ ਵੀ ਜੇ ਸਕੂਲਾਂ ਕਾਲਜਾਂ 'ਚ ਪੜ੍ਹੇ ਅਸੀਂ ਕਿਤਾਬਾਂ 'ਚ ਪੜ੍ਹਿਆ ਵੀ ਸਾਡਾ ਗਿੱਧਾ ਨਾਚ ਹੈ ਜੇ ਮੈਂ ਗਿੱਧੇ ਦੀ ਟ੍ਰੇਨਿੰਗ ਦੇਣਾ ਤਾਂ ਗਿੱਧਾ ਮੇਰਾ ਨਹੀਂ ਹੈਗਾ ਜੀ ਨਾ ਗੀਤ ਮੇਰੇ ਨੇ ਨਾ ਬੋਲੀਆਂ ਮੇਰੀਆਂ ਨੇ ਇਹ ਤਾਂ ਸਾਡੀਆਂ ਪੀੜ੍ਹੀ ਦਰ ਪੀੜ੍ਹੀਆਂ ਚੱਲੀਆਂ ਆਈਆਂ ਚੀਜ਼ਾਂ ਨੂੰ ਅਸੀਂ ਅੱਗੇ ਲਿਜਾ ਰਹੇ ਹਾਂ ਤੁਸੀਂ ਵੀ ਬੜੇ ਭਾਵਕ ਹੋ ਗਏ ਇਸ ਗੱਲ ਨੂੰ ਲੈ ਕੇ ਕਿ ਜੁੱਤੀ ਵੀ ਪੈਰੋਂ ਉਤਾਰ ਦਿੱਤੀ ਤੁਸੀਂ ਮੇਰਾ ਮਾਤਾ ਚਰਨ ਕੋਰ ਨਾਲ ਸਿਰਫ ਇਹ ਇਹ ਰਿਸ਼ਤਾਗਾ ਵੀ ਮੇਰੇ ਮੇਰੀ ਜਨਮ ਤੋਂ ਬਾਅਦ ਮੇਰੀ ਮਾਂ ਚਲੀ ਗਈ ਸੀ ਮਾਤਾ ਚਰਨ ਕੋਰ ਦਾ ਪੁੱਤ ਚਲਾ ਗਿਆ ਉਹ ਮਾਂ ਦੀਆਂ ਨਜ਼ਰਾਂ ਇੱਕ ਪੁੱਤ ਨੂੰ ਚਾਹੁੰਦੀਆਂ ਨੇ ਤੇ ਇੱਕ ਪੁੱਤ ਦੀਆਂ ਨਜ਼ਰਾਂ ਇੱਕ ਮਾਂ ਨੂੰ ਚਾਹੁੰਦੀਆਂ ਨੇ ਮੇਰਾ ਇਹ ਰਿਸ਼ਤਾਗਾ ਸਿੱਧੂ ਮੂਸੇ ਵਾਲਾ ਹੁਣਾਂ ਦੇ ਜਾਣ ਤੋਂ ਬਾਅਦ ਪਹਿਲਾਂ ਵੀ ਬਹੁਤ ਸਾਰੇ ਲੋਕ ਉਸ ਦਾ ਫਾਇਦਾ ਲੈਂਦੇ ਰਹੇ ਵੀਡੀਓ ਪਾ ਦਿੰਦਾ ਫੋਟੋ ਪਾ ਦਿੰਦਾ ਕਿ ਅਸੀਂ ਅੱਗੇ ਆ ਜੀਏ ਪਾਲਸ ਮਾਉ ਤਾਂ ਨਹੀਂ ਸੋਚਦਾ ਕਿ ਤੇ ਇਹ ਨਾ ਸਿਰਫ ਫੇਮ ਲੈਣ ਲਈ ਜੁੜੇ ਆ ਤੇ ਨਹੀਂ ਉਹਨਾਂ ਨੂੰ ਅਸੀਂ ਵਰਤਣ ਲਈ ਜੁੜੀਆਂ ਆ ਸਾਡਾ ਉਹਨਾਂ ਨਾਲ ਇੱਕ ਅੰਦਰਲੀਆ ਭਾਵਨਾਵਾਂ ਦਾ ਸਤਿਕਾਰ ਹੈ ਤਾਂ ਜਦੋਂ ਪਿੱਛੇ ਜੁੱਤੀ ਦੀ ਰਸਮ ਹੋਈ ਆ ਤਾਂ ਪੂਰੀ ਦੁਨੀਆ ਦੇ ਵਿੱਚ ਪਿਆਣਾ ਤੇ ਇਸ ਕਰਕੇ ਕੋਈ ਫੇਮ ਲੈਣ ਦਾ ਮਤਲਬ ਨਹੀਂ ਸੀ ਸਾਡਾ ਇੱਕ ਕਿੰਨੀਆਂ ਫੁਹਾੜਾਈਆਂ ਉਹਨਾਂ ਦੇ ਜੋੜੇ ਬੱਚੇ ਹੋਣ ਵਾਲੇ ਜੁਨੇ ਜਿਹਾ ਨਾ ਵੀ ਦੇਖੋ ਇਹ ਉਹ ਇੱਕ ਪਹਿਲੀ ਗੱਲ ਤਾਂ ਮੰਗੀ ਹੈ ਨਾ ਫਿਰ ਉਹ ਧੀ ਹੈ ਕਿਸੇ ਦੀ ਕਿਸ ਘਰ ਦੀ ਇੱਕ ਔਰਤ ਉਹ ਤਾਂ ਸਨਮਾਨ ਕਰਨਾ ਸਾਡਾ ਬਣਦਾ ਅਸੀਂ ਇਹ ਥੋੜਾ ਵੀ ਸੱਜ ਜਪਾ ਕੇ ਛੰਡਦੀ ਐਸਾ ਮਾਤਾ ਚਰਨ ਕਰ ਦੋ ਬੱਚਿਆਂ ਨੂੰ ਜਨਮ ਦੇ ਵੀ ਕਲਕਾਰੀ ਬਜਨਰੀ ਕੀਤੇ ਘਰ ਨਿਕਲਕਾਰੀ ਬਜਦੀ ਉਹ ਕੋਈ ਵੱਖਰੀ ਕਲਕਾਰੀ ਸੀ ਕੀਤੇ ਘਰ ਨਹੀਂ ਬੱਚੇ ਹੁੰਦੇ ਪਹਿਲੀ ਵਾਰ ਗੱਲ ਸੁਣੀ ਹੈ ਵੀ ਇੱਕ ਜਮ ਦੇ ਬੱਚੇ ਦੇ ਦਸਤਾਵੇਜ਼ ਮੰਗੇ ਜਾ ਰਹੇ ਨੇ ਇੱਕ ਜਮ ਦੇ ਬੱਚੇ ਤੇ ਦਰਖਾਸਤਾਂ ਦਿੱਤੀਆਂ ਜਾਂਦੀਆਂ ਨੇ ਤਾਂ ਮਤਲਬ ਕਿ ਵੀ ਬਹੁਤ ਸਾਰੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਬੀਟ ਜਸਿਆ ਕੀ ਹਾਲ ਹੈ ਬਈ ਬੱਸ ਠੀਕ ਹੋ ਹਾਂਜੀ ਬੱਸ ਹੋਰ ਪਰਵਾਹ ਠੀਕ ਹੈ ਚੱਲ ਆਓ ਸਾਰੀ ਠੀਕ ਆਹਰ ਉਪਰ ਹੀ ਪਲੀਜ਼ ਮਾਹੌਲ ਭ�ੈਂਟ ਆ ਨਾ ਕੰਮ ਇਥੇ ਹਾਂ ਬਹੁਤ ਵਧੀਆ ਖੇਤਾਂ ਚੋ ਲੋਕ ਵੇਹ ਟੁੱਟਦੇ ਜਾਂਦੇ ਨੇ ਖੇਤ ਹਾਂ ਦੇਖੋ ਇਹ ਕਣਕਾਂ ਦਾ ਰੰਗ ਸੁਨਹਿਰੀ ਹੋ ਗਿਆ ਬੜਾ ਅੱਛਾ ਲੱਗਦਾ ਹਾਂ ਬਹੁਤ ਵਧੀਆ ਮਾਹੌਲ ਆਪਾਂ ਪਹਿਲਾਂ ਖੇਤਾਂ ਦੀ ਗੱਲ ਕਰ ਲਈਏ ਜਿਸ ਖੇਤ ਦੇ ਵਿੱਚ ਬੈਠੇ ਆ ਵਾਢੀ ਸ਼ੁਰੂ ਹੋਣ ਵਾਲੀ ਹੈ ਵਿਸਾਖੀ ਵੀ ਆਉਣ ਵਾਲੀ ਹੈ ਬਿਲਕੁਲ ਦੇਖੋ ਕਣਕਾਂ ਦਾ ਜਿਹੜਾ ਰੰਗ ਆ ਉਹ ਦੇਖੋ ਸੁਨਹਿਰੀ ਹੋ ਗਿਆ ਹਾਂ ਨਾ ਕਿਸੇ ਸਾਡੇ ਉਹ ਕਹਿੰਦੇ ਨੇ ਕਿ ਵੀ ਸੋਨਾ ਹੀ ਵਿਖਰਿਆ ਪਿਆ ਹੁਣ ਸੋਨਾ ਹੀ ਵਿਖਰਿਆ ਪਿਆ ਬਿਲਕੁਲ ਬਿਲਕੁਲ ਕਿਉਂਕਿ ਇਹ ਸਾਡੇ ਪੰਜਾਬ ਦਾ ਇਹ ਇਹ ਕਣਕਾਂ ਦਾ ਸੁਨਹਿਰੀ ਰੰਗ ਹੀ ਸਾਡੇ ਪੰਜਾਬ ਨੂੰ ਸੋ ਆ ਬਣਾਉਂਦਾ ਸੀ ਹਨਾ ਤੇ ਕਿਸੇ ਟਾਈਮ ਇਹਨਾਂ ਦਿਨਾਂ ਦੇ ਵਿੱਚ ਦੇਖੋ ਵਿਸਾਖੀ ਆ ਰਹੀ ਹੈ ਬੜਾ ਚਾਹ ਹੁੰਦਾ ਸਾਰਿਆਂ ਨੂੰ ਹਨਾ ਮੈਂ ਆਉਂਦਾ ਆਸਰਿਆ ਸੀਗਾ ਮਲਕੀਤ ਨੂੰ ਕੈਮਰਾਮੈਨ ਨੂੰ ਮੈਂ ਕਿਹਾ ਵੀ ਮੇਰੀ ਮਾਂ ਵਿਸਾਖੀ ਵਾਲੇ ਦਿਨ ਪਕੌੜੇ ਬਣਦੇ ਨੇ ਸਾਡੇ ਘਰ ਵੀ ਕੜਾਈ ਉਸ ਦਿਨ ਚੜ੍ਹ ਜਿਵੇਂ ਹੁਣ ਤਾਂ ਸ਼ਹਿਰਾਂ ਚ ਹਾਮ ਹੋ ਗਿਆ ਕਿ ਕੜਾਈ ਚ ਤੇਲ ਪੱਕਾ ਹੀ ਹੁੰਦਾ ਪਕੌੜੇ ਬਾਜ਼ਾਰੋਂ ਵੀ ਮਿਲ ਜਾਂਦੇ ਆ ਪਹਿਲਾਂ ਹੁੰਦਾ ਸੀ ਕਿ ਵਿਸਾਖੀ ਵਾਲੇ ਦਿਨ ਹੀ ਪਕੌੜੇ ਬਣਦੇ ਨੇ ਸੀਗੇ ਦੇਖੋ ਆਪਣੇ ਸਾਡੇ ਇੱਥੇ ਦਮਨਵਾ ਸਾਹਿਬ ਤਖਤ ਸਾਹਿਬ ਬਹੁਤ ਨੇੜੇ ਆ ਵਿਸਾਖੀ ਦਾ ਸਭ ਤੋਂ ਵੱਡਾ ਜਿਹਾ ਬਾਦੀ ਖਾਲਸਾ ਦਾ ਜਨਮ ਦਿਨ ਹਣਾ ਮਨਾਇਆ ਜਾਂਦਾ ਬੜਾ ਚਾਹ ਹੁੰਦਾ ਲੱਖਣ ਉਸੇ ਵੀ ਬੜੇ ਚਾਹਮਾਂ ਨਾਲ ਵਿਸਾਖੀ ਦੇ ਮੇਲੇ ਤੇ ਜਾਂਦੇ ਆ ਤੇ ਕਣਕਾ ਕਿੰਨੀ ਵੇਖ ਕੇ ਸੁਨਹਿਰੀ ਰੰਗ ਦੇਖ ਕੇ ਬੜਾ ਬੜੀ ਖੁਸ਼ੀ ਹੁੰਦੀ ਹੈ ਬੜਾ ਰੰਗਲਾ ਪੰਜਾਬ ਇਹ ਵਿਰਾਸਤ ਹੈ ਸਾਡੀ ਹਣਾ ਇਹ ਸੁਨਹਿਰੀ ਕਣਕਾ ਨਾਲ ਖੇਤ ਹਰਿਆਲੀ ਸਾਰਾ ਕੋਸਤੇ ਵਿਸਾਖੀ ਖਾਲਸੇ ਦੀ ਜਨਮ ਭੂਮੀ ਖਾਲਸਾ ਦਾ ਜਨਮ ਤੇ ਸਾਡੇ ਪੰਜਾਬੀਆਂ ਨੂੰ ਸਾਡੇ ਸਰਦਾਰਾਂ ਨੂੰ ਸਾਡੀ ਸਿੱਖ ਕੌਮ ਨੂੰ ਕਿੱਡਾ ਵੱਡਾ ਰਤਬਾ ਐਸੋ ਵਿਸਾਖੀ ਨੇ ਤਾਂ ਸਾਡੇ ਕਾਲਸਾ ਪੰਥ ਦੀ ਸਾਜਨਾ ਐਸੋ ਵਿਸਾਖੀ ਵਾਲੇ ਦਿਨ ਹੁੰਦੀ ਆਣਾ ਤੋਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਆਂ ਵੀ ਅਸੀਂ ਪੰਜਾਬੀ ਆਂ ਤੇ ਸਿੱਖਾਂ ਦੇ ਪਰਿਵਾਰਾਂ ਵਿੱਚ ਜਨਮ ਹੋਇਆ ਉਸ ਦਸਮੇਸ਼ ਪਿਤਾ ਵਾਹਿਗੁਰੂ ਜੀ ਦੇ ਪੁੱਤਰ ਆ ਤੇ ਇਸ ਚੀਜ਼ ਦੇ ਨਾਲ ਸਾਨੂੰ ਆ ਆਪਾਂ ਸਿੰਘ ਸਰਦਾਰਾਂ ਸਾਬਤ ਸੂਰਤਾ ਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦਾ ਨੰਬਰ 1 ਤੇ ਮੈਂ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਨੰਬਰ 2 ਤੇ ਮੈਂ ਪੰਜਾਬੀ ਆ ਤੀਜੇ ਨੰਬਰ ਦੇ ਉੱਤੇ ਮੈਂ ਪੰਜਾਬ ਦੇ ਵਿੱਚ ਰਹਿ ਰਿਹਾ ਤੇ ਪਿੰਡ ਸਮਾਉਂਦੀ ਇਸ ਮਹਾਨ ਧਰਤੀ ਦੇ ਉੱਤੇ ਮੈਂ ਜਨਮ ਹੋਇਆ ਕੀ ਆ ਬਾਤ ਆ ਬਸ ਆਖੀ ਦੀ ਗੱਲ ਕੀਤੀ ਆ ਕਣਕਾਂ ਦੀ ਕੋਈ ਬੋਲੀ ਚ ਤਿਆਰੀ ਜੇ ਸੁਣਾਉਣਾ ਚਾਹੂੰਗਾ ਵਿਸਾਖੀ ਨੂੰ ਲੈ ਕੇ ਬਿਲਕੁਲ ਜੀ ਬੋਲੀ ਅਸੀਂ ਅਕਸਰ ਕਹਿੰਦੀਆਂ ਲਿਆ ਦਾ ਤਰੀ ਬਡਾਂ ਕਣ ਕਾ ਮੈਂ ਕਿਆ ਲਿਆ ਦਾ ਤਰੀ ਬਡਾਂ ਕਣ ਕਾ ਵੇ ਮੈਂ ਗਿੱਦੇ ਵਿੱਚ ਗਿੱਦੇ ਵਿੱਚ ਵੇ ਟੱਲੀ ਮੰਗੂ ਟਣ ਕਾ ਮੈਂ ਕਿਆ ਗਿੱਦੇ ਵਿੱਚ ਵੇ ਟੱਲੀ ਮੰਗੂ ਟਣ ਕਾ ਸੋ ਇਹਨਾਂ ਫਸਲਾਂ ਤੋਂ ਸਾਡੀਆਂ ਜਿੰਨੀਆਂ ਵੀ ਬੋਲੀਆਂ ਨੇ ਸਾਡੇ ਤਿਹਾਰਾ ਨਾਲ ਸਾਡੀਆਂ ਫਸਲਾਂ ਨਾਲ ਸਾਡੀ ਇਸ ਕੁਦਰਤ ਦੇ ਨਾਲ ਸੰਬੰਧ ਰੱਖਦੀਆਂ ਨੇ ਸੋ ਇਹ ਬੋਲੀਆਂ ਸਾਰੀਆਂ ਸਾਡੀਆਂ ਕਣਕਾਂ ਦੇ ਉੱਤੇ ਹੀ ਬਣੀਆਂ ਨੇ ਬੱਲੇ ਬੱਲੇ ਵੇ ਹਨਾ ਦਾਤੀ ਨੂੰ ਲਵਾ ਦੇ ਕੋ ਗੁਰੂ ਹਨਾ ਤੇਰੇ ਨਾਲ ਵੱਡੂ ਵੀ ਬਰੋਬਰ ਤੇਰੇ ਹਾਂ ਹਾੜੀ ਵੱਡੂ ਵੀ ਬਰੋਬਰ ਤੇਰੇ ਵੀ ਦਾਤੀ ਨੂੰ ਲਵਾ ਦੇ ਕੋ ਗੁਰੂ ਬਿਲਕੁਲ ਆਬੀ ਸੰਗੀਤ ਨਾਲ ਜੁੜੀ ਹੋਈ ਗੱਲ ਹੈ ਕਿ ਨਾਲ ਨਾਲ ਸੰਗੀਤ ਚੱਲ ਦਾਰੂ ਤੇ ਨਾਲ ਹਾੜੀ ਬਰਾਬਰ ਵੱਣੂਗੀ ਦੇਖੋ ਦੇਖੋ ਸਾਡੇ ਪੰਜਾਬੀਆਂ ਦੇ ਨਾ ਜਿਹੜਾ ਸਾਡਾ ਕਲਚਰ ਹੈ ਸਾਡਾ ਸਭਿਆਚਾਰ ਆ ਪੰਜਾਬ ਦਾ ਹਨਾ ਬੜਾ ਅਮੀਰ ਹੈ ਸਾਡੇ ਕਲਚਰ ਦੇ ਵਿੱਚ ਹਰ ਇੱਕ ਚੀਜ਼ ਝਲਕਦੀ ਹੈ ਪੰਜਾਬੀਆਂ ਦੇ ਜਸ਼ਨ ਮਨਾਉਣ ਦਾ ਢੰਗ ਹੀ ਵੱਖਰਾ ਜੀ ਦੇਖੋ ਵਿਸਾਖੀ ਆ ਰਹੀ ਹੈ ਹੁਣ ਆਪਣੇ ਨੇੜੇ ਦੇਖੋ ਕਿੰਨੇ ਚਾਮਾਂ ਦੇ ਨਾਲ ਆ ਵਿਸਾਖੀ ਦੇ ਮੇਲੇ ਤੇ ਸਾਡੇ ਪੰਜਾਬੀ ਜਾਣਗੇ ਦਸਤਾਰਾਂ ਸਜੀਆਂ ਹੋਣਗੀਆਂ ਕੇਸਰੀ ਨਿਸ਼ਾਨ ਝੋਲਦੇ ਹੋਣਗੇ ਹਨਾ ਕਿੱਦਾਂ ਹੱਥਾਂ 'ਚ ਬਜ਼ੁਰਗਾਂ ਦੇ ਹੁੰਡੇ ਹੋਣਗੇ ਹਨਾ ਬਹੁਤ ਸਾਰੀ ਸਾਡੀ ਦਲੇਰੀ ਸਾਡੀ ਨਿਮਰਤਾ ਸਾਡੀ ਬਹਾਦਰੀ ਸਾਡੇ ਹਰ ਇੱਕ ਚੀਜ਼ ਨੂੰ ਇਹ ਵਿਸਾਖੀ ਦਾ ਤਿਹਾਰ ਜਿਹੜਾਗਾ ਦਰਸਾਉਂਦਾਗਾ ਸੋ ਬੜਾ ਅਮੀਰ ਵਿਰਸਾਗਾ ਆਪਣਾ ਬਿਲਕੁਲ ਜਿਵੇਂ ਸਮਾਉ ਸਾਹਿਬ ਜਿਵੇਂ ਤੁਹਾਡੇ ਕੋਲ ਤਾਂ ਤੁਹਾਨੂੰ ਪਤਾ ਨਹੀਂ ਬੋਲੀਆਂ ਦੇ ਭੰਡਾਰ ਹੀ ਆ ਤੁਹਾਡੇ ਕੋਲੇ ਤੁਹਾਡੇ ਜ਼ਹਿਨ ਦੇ ਵਿੱਚ ਤੇ ਬਹੁਤ ਸਾਰੀਆਂ ਬੋਲੀਆਂ 'ਤੇ ਇਤਰਾਜ਼ ਵੀ ਜਤਾਇਆ ਜਾਂਦਾ ਹੈ ਕਿ ਬੋਲੀਆਂ ਉਸ ਸਮੇਂ ਦੇ ਵਿੱਚ ਕਿਸੇ ਚੀਜ਼ ਨੂੰ ਸੋਚ ਕੇ ਗਲਤ ਬਣਾਈਆਂ ਗਈਆਂ ਜਿਵੇਂ ਆਪਾਂ ਕਹਿੰਦੇ ਨੇ ਕਿ ਗੱਲ ਹੱਥ ਸੋਚ ਕੇ ਗੰਦਲ ਨੂੰ ਪਾਈ ਨੀ ਕਿਹੜੀਆਂ ਤੂੰ ਸਾਗ ਤੋੜਦੀ ਜਾਂ ਜੱਜੀ ਬੈਸ ਉਹਨਾਂ ਦਾ ਗਾਣਾ ਆਇਆ ਉਹਤੇ ਵਿਵਾਦ ਖੜਾ ਹੋਇਆ ਉਹ ਕਹਿੰਦੇ ਕਿ ਤਾਂ ਬੋਲੀ ਸੀਗੀ ਜੀ ਪੁਰਾਣੀ ਤੁਹਾਨੂੰ ਲੱਗਦਾ ਨਹੀਂ ਕਿ ਕੱਟ ਦੇਣੀਆਂ ਚਾਹੀਦੀਆਂ ਜਿਹੜੀਆਂ ਗੱਲਾਂ ਗਲਤ ਸੀਗੀਆਂ ਨਹੀਂ ਕੱਟਣੀਆਂ ਚਾਹੀਦੀਆਂ ਕਿਉਂਕਿ ਇਹ ਚੀਜ਼ਾਂ ਸਾਡੀ ਵਿਰਾਸਤ ਦਾ ਇੱਕ 파ਟ ਹੈ ਹੂੰ ਬੋਲੀਆਂ ਨੇ ਸਾਡੀਆਂ ਔਰਤਾਂ ਜਦੋਂ ਗਿੱਧਾ ਪਾਉਂਦੀਆਂ ਸੀ ਨਾ ਮਰਦਾਂ ਨੂੰ ਕਿਉਂ ਦੂਰ ਕਰਿਆ ਜਾਂਦਾ ਸੀ ਉਹਨਾਂ ਤੋਂ ਹੂੰ ਉਹ ਸਮੇਂ ਸੀ ਜਦੋਂ ਘਰਾਂ ਦੇ ਵਿੱਚ ਵਿਆਹ ਹੁੰਦੇ ਸੀ ਮਰਦ ਸਾਰੇ ਵਰਾਤ ਚਲੇ ਜਾਂਦੇ ਸੀ ਹੂੰ ਔਰਤਾਂ ਵਰਾਤ ਨਹੀਂ ਜਾਂਦੀਆਂ ਸੀ ਸਾਡੀਆਂ ਸੁਆਣੀਆਂ ਸਾਡੀਆਂ ਔਰਤਾਂ ਘਰਾਂ ਦੇ ਵਿੱਚ ਇਕੱਠੀਆਂ ਹੁੰਦੀਆਂ ਸੀ ਇਹਨਾਂ ਬੋਲੀਆਂ ਦੇ ਵਿੱਚ ਕਹਿੰਦੇ ਨੇ ਕਿ ਕਹਾਵਤ ਬਣੀਆਂ ਲੜਦੀਆਂ ਦੇ ਮਿਹਨੇ ਤੇ ਗਾਉਂਦੀਆਂ ਦੇ ਸੱਠਨੀਆਂ ਹਾਂ ਤਾਂ ਗਾਲਾਂ ਹੀ ਨੇ ਪਰ ਸਾਡੀ ਵਿਰਾਸਤ ਇੰਨੀ ਅਮੀਰ ਆ ਜਦੋਂ ਅਸੀਂ ਹੱਸ ਕੇ ਇੰਜੋਏ ਕਰਕੇ ਉਹੀ ਗਾਲਾਂ ਨੂੰ ਗਾਉਨੇ ਆ ਤਾਂ ਉਹ ਸਿਠਣੀਆਂ ਬਣ ਜਾਂਦੀਆਂ ਨੇ ਤੇ ਜਦੋਂ ਅਸੀਂ ਲੜਕੇ ਉਹ ਚੀਜ਼ਾਂ ਨੂੰ ਬੋਲਦੇ ਹਾਂ ਗਾਲਾਂ ਬਣ ਜਾਂਦੀਆਂ ਨੇ ਕਿਉਂਕਿ ਸਾਡੀ ਵਿਰਾਸਤ ਦਾ ਇੱਕ ਹਿੱਸਾ ਬੋਲੀਆਂ ਤੇ ਜਿਵੇਂ ਜੱਜੀ ਵੀ ਜੱਜੀ ਵੀ ਦੇ ਗਾਣੇ ਦੇ ਉੱਤੇ ਹਣਾ ਬੜਾ ਵਿਵਾਦ ਹੋਇਆ ਪਰ ਜੇ ਦੇਖਿਆ ਜਾਵੇ ਤਾਂ ਬੋਲੀ ਆ ਸਾਡੀ ਪ੍ਰਾਂਤਨ ਬੋਲੀ ਆ ਅੱਜ ਵੀ ਦੇਖ ਲਓ ਜਦੋਂ ਤੁਸੀਂ ਵਿਆਹਾਂ ਦੇ ਵਿੱਚ ਜਾਉਂਗੇ ਨਾਨਕੇ ਤੇ ਦਾਤ ਕਹਿੰਦੇ ਨੋਕਚੋਕ ਹੁੰਦੀ ਆ ਜਦੋਂ ਇੱਕ ਔਰਤ ਦੂਜੀ ਔਰਤ ਤੇ ਵਿਅੰਗ ਕੱਸਦੀ ਆ ਬੋਲੀ ਰਾਹੀਂ ਫਿਰ ਉਹ ਆਪਣਾ ਜਵਾਬ ਐਦਾਂ ਹੀ ਦਿੰਦੀ ਆ ਉੱਚੇ ਟਵੇ ਮੇਰੀ ਬੋਤੀ ਚਰਦੀ ਕਰਦੀ ਲੇਡੇ ਦੀ ਤੋਰ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਟੇ ਇਹ 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 ਬਹੁਤ ਸਾਰੀਆਂ ਬੋਲੀਆਂ ਨੇ ਸਾਡੀਆਂ ਹਣਾ ਤੁਹਾਨੂੰ ਲੱਗਦਾ ਕਿ ਗਲਤ ਵਿਰੋਧ ਹੋ ਰਿਹਾ ਹੈ ਗਲਤ ਵਿਰੋਧ ਹੋ ਰਿਹਾ ਕਿਉਂਕਿ ਜੇ ਅਸੀਂ ਇਹ ਚੀਜ਼ਾਂ ਕੱਢਣ ਲੱਗਿਆਂ ਸਾਡੇ ਸਾਡਾ ਜਿਹੜਾ ਕਲਚਰ ਆਗਾ ਸਾਡੀ ਇਹ ਨੋਕਚੋਕਾ ਬਿਲਕੁਲ ਖਤਮ ਹੋ ਜਾਣੀ ਆ ਇਹ ਤਾਂ ਸਾਡੇ ਇੱਕ ਇਹ ਭਾਈਚਾਰਕ ਸਾਂਝ ਨੂੰ ਦਰਸਾਉਂਦੀਆਂ ਨੇ ਵੀ ਅਸੀਂ ਇੰਨਾ ਕੁਝ ਬੋਲ ਕੇ ਵੀ ਗੁੱਸਾ ਨਹੀਂ ਕਰਦੇ ਸੀ ਅਸੀਂ ਮਜ਼ਾਕ ਮਜ਼ਾਕ ਵਿੱਚ ਹਾਸੇ ਦੇ ਵਿੱਚ ਖੁਸ਼ੀ ਦੇ ਵਿੱਚ ਚੀਜ਼ਾਂ ਬੋਲੀਆਂ ਜਾਂਦੀਆਂ ਸੀ ਬਹੁਤ ਕੁਛ ਆ ਤੇ ਇਸ ਕਰਕੇ ਵੀ ਸਾਡੀਆਂ ਔਰਤਾਂ ਜਦੋਂ ਇਕੱਠੀਆਂ ਹੁੰਦੀਆਂ ਸੀ ਆਪਣਾ ਅੰਦਰਲਾ ਗੁਬਗਵਾਟ ਕੱਢਦੀਆਂ ਸੀ ਬਹੁਤ ਕੁਛ ਬੋਲੀਆਂ ਸੀਗੀਆਂ ਹਾਂ ਹਾਂ ਇਸ ਕਰਕੇ ਬੋਲੀਆਂ ਨੇ ਸਾਡੀਆਂ ਕੋਈ ਆਪਾਂ ਥੋੜਾ ਬਣਾਈਆਂ ਨੇ ਸਾਡੀਆਂ ਬਜ਼ੁਰਗਔਰਤਾਂ ਨੇ ਪੀੜੀ ਦਰ ਪੀੜੀ ਚੱਲਦੀ ਨੇ ਲੋਕ ਬੋਲੀਆਂ ਤਈਆਂ ਕਿਹਾ ਗਿਆ ਪਤਾ ਨਹੀਂ ਕਿੰਨੇ 100 ਸਾਲਾਂ ਸਾਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਨੇ ਜੀ ਹਾਂ ਇਹ ਪੀੜੀ ਦਰ ਪੀੜੀ ਪਰੋਸੀਆਂ ਜਾਂਦੀਆਂ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਹ ਚੀਜ਼ਾਂ ਕੋਈ ਗਲਤ ਨੇ ਤੁਸੀਂ ਅਗਲੇ ਦਿਨਾਂ ਦੇ ਵਿੱਚ ਜੂਨ ਦੇ ਵਿੱਚ ਵਰਕਸ਼ਾਪ ਸ਼ੁਰੂ ਹੋ ਜਾਂਦੀ ਹੈ ਧੀਆਂ ਦਾ ਘਰ ਵੀ ਤੁਸੀਂ ਬਣਾਇਆ ਹੋਇਆਗਾ ਮੈਂ ਦੇਖ ਕੇ ਆਇਆਗਾ ਪੀ ਪੰਜਾਬ ਦੀ ਕੋਈ ਵੀ ਕਿਤੇ ਵੀ ਰਹਿੰਦੀ ਧੀ ਆ ਕੋਈ ਵੀ ਜੇ ਆਉਣਾ ਚਾਹੁੰਦੀ ਆ ਪਾਲ ਸਿੰਘ ਸੁਮਾਓ ਦੇ ਪਿੰਡ ਆਉਣਾ ਚਾਹੁੰਦੀ ਆ ਤਾਂ ਉਹਨਾਂ ਘਰ ਇੱਕ ਖਾਸ ਤੌਰ ਤੇ ਬਣਾਇਆ ਗਿਆ ਉੱਥੇ ਆ ਕੇ ਰੋਕ ਸਕਦੀ ਆ ਵਰਕਸ਼ਾਪ ਜੁਆਇਨ ਕਰ ਸਕਦੀ ਆ ਦੇਖੋ ਜੀ ਮੈਨੂੰ ਨਾ ਇੱਕ ਪਰਮਾਤਮਾ ਨੇ ਵੱਖਰੀ ਜੀ ਜੋਨਰ ਦੇ ਵਿੱਚ ਰੱਖਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਤਾ ਨਹੀਂ ਕਿਹੜੀਆਂ ਡਿਊਟੀਆਂ ਲਾ ਕੇ ਭੇਜਿਆ ਤੇ ਜਦੋਂ ਮੈਂ ਸਕੂਲਿੰਗ ਕਰਦਾ ਸੀ ਜਾਂ ਕਾਲਜ ਯੂਨੀਵਰਸਿਟੀਾਂ ਦੇ ਵਿੱਚ ਪੜ੍ਹਦਾ ਸੀ ਹਨਾ ਅਸੀਂ ਦੇਖਦੇ ਹੁੰਦੇ ਸੀ ਮੁੰਡੇ ਬੜੇ ਚਾਮਾਂ ਦੇ ਨਾਲ ਥੀਏਟਰ ਕਰ ਰਹੇ ਨੇ ਭੰਗੜਾ ਪਾ ਰਹੇ ਨੇ ਨਾ ਕਿਤਨੇ ਕਿਤੇ ਕੁੜੀਆਂ ਤੇ ਬੰਦਸਾ ਹੁੰਦੀਆਂ ਕੁੜੀਆਂ ਬਚਾਰੀਆਂ ਨੂੰ ਟਾਈਮ ਟੂ ਟਾਈਮ ਆਉਂਦੀਆਂ ਸਕੂਲ ਜਾਣਾ ਉਹ ਟਾਈਮ ਤੋਂ ਬਾਅਦ ਘਰ ਚਲੀਆਂ ਜਾਂਦੀਆਂ ਨਾ ਉਹਨਾਂ ਨੂੰ ਖੇਡਣ ਦਾ ਮੌਕਾ ਮਿਲਦਾ ਨਾ ਹੱਸਣ ਦਾ ਨਾ DNA ਕਾਲਜਾਂ 'ਚ ਗਏ ਭੰਗੜੇ ਦਿਨ ਰਾਤ ਤੇ ਚੱਲ ਰਹੇ ਨੇ ਕੁੜੀਆਂ ਨੂੰ ਬਚਾਰੀਆਂ ਨੂੰ ਹਣਾ ਤੇ ਮੈਂ ਮੇਰੇ ਆਪਦੇ ਘਰ ਦੇ ਵਿੱਚ ਬੜੀਆਂ ਕੁੜੀਆਂ ਸੀ ਤਾਂ ਮੈਂ ਸੋਚਿਆ ਵੀ ਨਹੀਂ ਮੈਂ ਆਪਦੇ ਸ਼ੌਂਕ ਛੱਡੇ ਦੇਖੋ ਮੈਂ ਖੁਦ ਆਪ ਭੰਗੜਾ ਪਾਉਣਾ ਛੱਡਿਆ ਮੈਂ ਕੋਲ ਥੀਏਟਰ ਕਰਨਾ ਛੱਡਿਆ ਮੈਂ ਇਹ ਕਿਹਾ ਵੀ ਨਹੀਂ ਕੁਛ ਨਾ ਕੁਛ ਇਹਨਾਂ ਲਈ ਕਰਨਾ ਪੈਣਾ ਹਣਾ ਤਾਂ ਮੈਂ ਉਹਨਾਂ ਦਾ ਜਿਹੜੀਆਂ ਕੁੜੀਆਂ ਦੇ ਸਾਡੀਆਂ ਧੀਆਂ ਦੇ ਸ਼ੌਂਕ ਨੇ ਜੀ ਹਣਾ ਉਹਨਾਂ ਦੇ ਲੋਕ ਗੀਤ ਨੇ ਉਹਨਾਂ ਦੇ ਉਹਨਾਂ ਦੇ ਨਾਚ ਨੇ ਉਹਨਾਂ ਨੂੰ ਮੈਂ ਉੱਪਰ ਚੱਕਣ ਦੀ ਕੋਸ਼ਿਸ਼ ਕਰੀ। ਹਮ ਮੇਰੀ ਸਟੱਡੀ ਵੀ ਸਾਰੀ ਇਨਾ ਤੇ ਕਰਿਆ ਹਣਾ ਮੈਂ ਚਾਰ ਮਾਸਟਰ ਜੀ ਕੀਤੀਆਂ ਨੇ ਮੇਰੀਆਂ ਸਾਰੀਆਂ ਇਹਨਾਂ ਨਾਲ ਸੰਬੰਧਤ ਨੇ ਪੰਜਾਬੀ ਲਿਟਰੇਚਰ ਤੇ ਮੇਰੀ ਪਹਿਲੀ ਐਮਏ ਆ ਫਿਰ ਰਿਲੀਜੀਅਨ ਤੇ ਮੇਰੀ ਦੂਸਰੀ ਐਮਏ ਆ ਹਿਸਟਰੀ ਤੇ ਮੇਰੀ ਤੀਜੀ ਐਮਏ ਆ ਤੇ ਨਪਾਲ ਸੈਂਸ ਦਿ ਪੋਲਿਟਿਕਲ ਤੇ ਮੇਰੀ ਚੌਥੀ ਐਮਏ ਆ ਫਿਰ ਮੇਰੀ ਰਿਸਰਚ ਵੀ ਇਨਾ ਉੱਤੀ ਗਈ ਹੈ ਸਾਰੀ ਦੀ ਸਾਰੀ ਹਣਾ ਤੇ ਇਸ ਕਰਕੇ ਵੀ ਮੈਂ ਕੋਸ਼ਿਸ਼ ਕਰੀ ਵੀ ਸਾਡੀਆਂ ਬੱਚੀਆਂ ਨੂੰ ਥੋੜਾ ਜਿਹਾ ਆਪਾਂ ਆਜ਼ਾਦ ਕਰੀਏ। ਹੂੰ ਇਹਨਾਂ ਨੂੰ ਆਪਣੇ ਮਨ ਦੇ ਚਾਹਮਾਂ ਨਾਲ ਖੇਡਣ ਦੋ ਹਨਾ ਇਹਨਾਂ ਨੂੰ ਚਾਰ ਦੀਵਾਰੀਆਂ ਚੋਂ ਬਾਹਰ ਕਰੀਏ ਹਨਾ ਇਹਨਾਂ ਦਾ ਵੀ ਜੀ ਕਰਦਾ ਕੁੜੀਆਂ ਜਿਹੜੀਆਂ ਸਾਡੇ ਨੂੰ ਯੂਨੀਵਰਸਿਟੀ ਲੈਵਲ ਦੇ ਉੱਤੇ ਕਾਲ ਜਾਂਦੀਆਂ ਜਿਹੜੀਆਂ ਸਰਕਾਰੀ ਪੱਧਰ ਦੀ ਟ੍ਰੇਨਿੰਗ ਆ ਜਾਉ ਯੂਥ ਫੈਸਟੀਵਲ ਹੁੰਦੇ ਉਹਨਾਂ ਲਈ ਉੱਥੇ ਜਾਂਦੀਆਂ ਅੱਛਾ ਹਾਂ ਪਰ ਅਸੀਂ ਲੋਕਾਂ ਨੇ ਵਿਆਹਾਂ ਦੇ ਲਈ ਕੁੜੀਆਂ ਨੂੰ ਜੋੜੀ ਨਹੀਂ ਕਰਦੇ ਨਹੀਂ ਠੀਕ ਆ ਵਧੀਆ ਹਾਂਜੀ ਇਹਦੇ ਫਿਰ ਸਾਜ ਕਿਹੜੇ-ਕਿਹੜੇ ਵਰਤੋਂ ਦੇ ਤੁਸੀਂ ਢੋਲ ਢੋਲ ਕੋ ਬੁਖਚੂ ਮਨੇ ਇੱਕ ਗੱਲ ਥੋੜੀ ਬੜੀ ਵਧੀਆ ਲੱਗਦੀ ਐ ਬੇਨਾ ਮਾਈਕ ਤੋਂ ਕਰਦੇ ਆ ਮਾਝੇ ਵਿੱਚ ਦੇਖਦਾ ਜਿਹੜਾ ਗਰੁੱਪ ਮੁੰਡੇ ਬਣਾਈ ਫਿਰਦੇ ਆ ਉਹ ਨਾਲ ਇੱਕ ਸਪੀਕਰ ਜਾਂ ਕੀ ਫਿਰ ਦਿੰਦੇ ਆ ਉੱਧਰ ਲੈਵਲ ਨਹੀਂ ਨਾ ਹੈਗਾ ਸਾਡਾ ਹਾਂ ਉਹ ਗੱਲ ਵੀ ਨਹੀਂ ਬਣਦੀ ਉਹਨਾਂ ਤੋਂ ਕੱਲ ਵੀ ਪਰਸੋਂ ਮੈਂ ਇੱਕ ਵਿਆਹ ਤੇ ਗਿਆ ਉਹਨਾਂ ਨੇ ਵੀ ਬੁਲਾਏ ਹੋਏ ਮੁੰਡੇ ਉਹ ਇਰੀਟੇਟ ਕਰਦਾ ਉਹ ਤੁਹਾਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਕਦੇ ਨਹੀਂ ਬਿਲਕੁਲ ਵੀ ਨਹੀਂ ਕਦੇ ਕਿਸੇ ਨੇ ਕਿਹਾ ਹੋਵੇ ਕਿ ਵੀ ਯਾਰ ਸਾਬਤ ਸੂਰਤ ਦੇ ਵਿੱਚੋਂ ਤੁਸੀਂ ਤੇ ਤੁਸੀਂ ਗਿੱਦਾ ਗਿੱਦਾ ਚੁਣਿਆ ਕਦੇ ਕਿਸੇ ਨੇ ਲੋਚਨਾ ਕੀਤੀ ਹੋਵੇ ਕਦੇ ਵੀ ਨਹੀਂ ਮੈਨੂੰ ਮੈਨੂੰ ਨਾ 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 ਮੈਨੂੰ ਕਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੁਣ ਵੀ ਜਦੋਂ ਅਸੀਂ ਘਰਾਂ ਦੇ ਵਿੱਚ ਫੰਕਸ਼ਨਾਂ ਤੇ ਜਾਂਦੇ ਆ ਤਾਂ ਮੈਨੂੰ ਬਹੁਤ ਸਤਿਕਾਰ ਮਿਲਦਾ ਹੂੰ ਮੈਨੂੰ ਕਦੇ ਲੋਕਾਂ ਨੇ ਘਰ ਤੋਂ ਬਾਹਰ ਨਹੀਂ ਬਹਾਇਆ ਐਨਾ ਪਿਆਰ ਦਿੱਤਾ ਬਿਲਕੁਲ ਆਪਦੇ ਪਰਸਨਲ ਰੂਮ ਚ ਲੈ ਕੇ ਜਾਂਦੇ ਨੇ ਐਨਾ ਸਤਿਕਾਰ ਦੇ ਨਾਲ ਮੇਰੀ ਸਾਰੀ ਟੀਮ ਨੂੰ ਬਹੁਤ ਸਤਿਕਾਰ ਮਿਲਦਾ ਉਹਦਾ ਕਾਰਨ ਕੀ ਹੈ ਇੱਕ ਤਾਂ ਮੇਰੀ ਟੀਮ ਬੈਲ ਐਜੂਕੇਟਡ ਹੈ ਜੀ ਮੇਰੀ ਟੀਮ ਦੇ ਵਿੱਚ ਸਾਰੇ ਮੁੰਡੇ ਹੀ ਪੋਸਟ ਗ੍ਰੈਜੂਏਸ਼ਨਲ ਵਾਲੇ ਮੁੰਡੇ ਨੇ ਨਸ਼ੇ ਤੋਂ ਰਹਿਤ ਨੇ ਮੈਂ ਖੁਦ ਬੈਲ ਐਜੂਕੇਟਡਾਂ ਕੋਈ ਵੀ ਨਿਸ਼ਾਨੀ ਕਰਦੇ ਮੇਰੀਆਂ ਗੱਡੀਆਂ ਦੇ ਵਿੱਚ ਵੀ ਅਸੀਂ ਮਤਲਬ ਕਿ ਗੁਰਵਾਨੀ ਚੱਲਦੀ ਹੈ ਅਸੀਂ ਕੋਈ ਅੰਡਾ ਮੀਟ ਸ਼ਰਾਬ ਵਾਲਾ ਬੰਦਾ ਵੀ ਆਪਣੀ ਗੱਡੀਆਂ 'ਚ ਨਹੀਂ ਬੈਠਣ ਦਿੰਦੇ ਸੋ ਬੰਦੇ ਦੇ ਕਿਰਦਾਰ ਨੂੰ ਦੇਖ ਕੇ ਹੀ ਸਾਡੀ ਪਬਲਿਕ ਹੈ ਜਿਹੜੀ ਉਹ ਇੱਜ਼ਤ ਦਿੰਦੀ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਵਾਪਰਦੀਆਂ ਨੇ ਸੋਸ਼ਲ ਮੀਡੀਆ ਦਾ ਯੁੱਗ ਹੈ ਹਰ ਬੰਦਾ ਚਾਹੁੰਦਾ ਕਿ ਮੈਂ ਵਾਇਰਲ ਹੋਵਾਂ ਬਹੁਤ ਸਾਰੇ ਜਿਹੜੇ ਇਹੋ ਜਿਹੇ ਬਲੌਗਰ ਨੇ ਜਾਂ ਇੱਕ ਮੈਂ ਪਿਛਲੇ ਦਿਨਾਂ 'ਚ ਅਸੀਂ ਇੱਕ ਦੇਖ ਰਹੇ ਸੀ ਮੁੰਡਾ ਅਮਨ ਭਾਟਿਆ ਨਾਂ ਦਾ ਉਹ ਸਿਰ ਤੇ ਉਹਨੇ ਪਟਕਾ ਸਜਾਇਆ ਹੋਇਆਗਾ ਤੇ ਦਾੜੀ ਰੱਖੀ ਹੋਈ ਹੈ ਤੇ ਪਰ ਉਹਦੀ ਡਰੈਸ ਸੈਂਸ ਜਿਹੜੀ ਉਹ ਬਿਲਕੁਲ ਕੁੜੀਆਂ ਵਰਗੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਦੇਖੋ ਮੈਂ ਕੁੜੀਆਂ ਵਾਲਾ ਫੀਲਡ ਚੁਣਿਆ ਮੈਂ ਤੁਹਾਨੂੰ ਕਹਾਣੀ ਦੱਸਦੀ ਕਿ ਤੁਹਾਡਾ ਤੁਹਾਡੀ ਪਰਫਾਰਮ ਪਰਫਾਰਮਰ ਨਜ਼ਰ ਆਉਂਨੇ ਤੁਸੀਂ ਹਾਂ ਬਿਲਕੁਲ ਪਰ ਬਹੁਤਿਆਂ ਦੇ ਜਿਵੇਂ ਮੈਂ ਬਹੁਤੇ ਦੇ ਨਾਂ ਨਹੀਂ ਲੈਂਦੇ ਉਹ ਚੇਹ ਨਜ਼ਰ ਆ ਰਿਹਾ ਹੁੰਦਾ ਵੀ ਮੁੰਡੇ ਦੇ ਪੱਗ ਵੀ ਬੰਨੀਆਂ ਪਰ ਲੱਗੋ ਕੁੜੀ ਰਿਹਾ ਹੁੰਦਾਗਾ ਪਰ ਉਹ ਹੀ ਤਾਂ ਉਹ ਬਹੁਤ ਸਾਰੇ ਲੋਕ ਹੈ ਨੇ ਇੱਕ 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 ਵੱਖਰਾ ਸਮਾਜ ਆ ਮੁੰਡੇ ਨੇ ਜਿਹੜੇ ਉਹਨਾਂ ਚ ਫੀਲਿੰਗਾਂ ਕੁੜੀਆਂ ਵਾਲੀਆਂ ਹੁੰਦੀਆਂ ਨੇ ਉਹਨਾਂ ਨੇ ਨੌ ਪਾਲ ਸਾਲ ਆਉਣੀਆਂ ਉਹਦਾਂ ਦੀਆਂ ਆਈਬ੍ਰੋ ਕਰਨਾ ਹਨਾ ਆਪਣੇ ਆਪ ਨੂੰ ਕੁੜੀਆਂ ਮਹਿਸੂਸ ਕਰਨਾ ਇਹ ਬਹੁਤ ਚੀਜ਼ ਆ ਨਾ ਚਾਹ ਉਹ ਕੁਦਰਤੀ ਹੋ ਸਕਦਾ ਕੁਦਰਤੀ ਪਰ ਪ੍ਰਮਾਤਮਾ ਨੇ ਬਣਾਏ ਹੁੰਦੇ ਨੇ ਨਾ ਲੋਕ ਐਦਾਂ ਦੇ ਤੇ ਪਤਾ ਨਹੀਂ ਮੈਨੂੰ ਤਾਂ ਆਪਣੀਆਂ ਗੱਲਾਂ ਚੰਗੀਆਂ ਲੱਗੀਆਂ ਵੀ ਦੇਖੋ ਕਾਲਾ ਇੱਕ ਕਾਲਾ ਸਾਨੂੰ ਦਿੱਤੀ ਹੈ ਦੇਖੋ ਕਾਲਾ ਸਾਨੂੰ ਦਿੱਤੀ ਹੈ ਮੈਂ ਜਿਵੇਂ ਤੁਹਾਡੇ ਸਾਹਮਣੇ ਬੈਠਾ ਮੈਂ ਐਦਾਂ ਹੀ ਆ ਮੈਂ ਆਪਣਾ ਪਹਿਰਾਵਾ ਨਹੀਂ ਕਦੇ ਚੇਂਜ ਕਰਿਆ ਜੇ ਪਹਿਰਾਵਾ ਸੀ ਪਰਫਾਰਮ ਕਰਨਾ ਮੰਗੇ ਤਾਂ ਸਾਡੀ ਮਰਦਾਂ ਵਾਲੀ ਪਹਿਰਾਵਾ ਹੁੰਦਾ ਸਾਡੇ ਉਸ ਦਸਤਾਰ ਸਜਾਈ ਹੁੰਦੀ ਹੈ ਤੁਰਲਾ ਸਾਡੇ ਛੱਡਿਆ ਹੁੰਦਾ ਕੁੜਤਾ ਚਾਦਰਾ ਪਾਇਆ ਹੁੰਦਾ ਸਾਡਾ ਸਾਰਾ ਮਰਦਾਂ ਵਾਲਾ ਹੁੰਦਾ ਜਿੱਥੇ ਗੱਲ ਸਿਖਾਉਣ ਦੀ ਹੈ ਕਿ ਜਿੱਥੇ ਮੈਂ ਕੁੜੀਆਂ ਨੂੰ ਕੋਈ ਸਟੈਪ ਸਿਖਾ ਰਿਹਾ ਹੁੰਦਾ ਉੱਥੇ ਉੱਥੇ ਕੁੜੀਆਂ ਨੂੰ ਦੱਸਣਾ ਵੀ ਬੇਟਾ ਐਂ ਕਰਨਾ ਇੱਥੋਂ ਇਹ ਕਰਨਾ ਪਰ ਮੈਂ ਮੈਂ ਹਰਕਤਾਂ ਕੁੜੀਆਂ ਵਾਲੀਆਂ ਨਹੀਂ ਕਰਦਾ ਹਾਂ ਉਹਨਾਂ ਨੂੰ ਸਿਖਾਈਦਾ ਉੱਥੇ ਮੈਂ ਇੱਕ ਟੀਚਰ ਹਾਂ ਦੇਖੋ ਮਰਦ ਹੌਕੀ ਦੀ ਟ੍ਰੇਨਿੰਗ ਵੀ ਦਿੰਦੇ ਨੇ ਜੀ ਮਰਦ ਤੇ ਕਰੈਕਟਰ ਦੀ ਕ੍ਰਿਕਟ ਦੀ ਟ੍ਰੇਨਿੰਗ ਵੀ ਦਿੰਦੇ ਨੇ ਮਰਦ ਕਵੱਡੀ ਦੀ ਟ੍ਰੇਨਿੰਗ ਵੀ ਦਿੰਦੇ ਨੇ ਉਹ ਇੱਕ ਰਤਵਾ ਵੱਖਰਾਗਾ ਉਹ ਇੱਕ ਟ੍ਰੇਨਰ ਦਾ ਵੱਖਰਾ ਗਿਆ ਇੱਕ ਕੋਚ ਦਾ ਵੱਖਰਾ ਆ ਗਿਆ ਹਨਾ ਸਾਇਸ ਕਰਕੇ ਵੀ ਮੈਂ ਇੱਕ ਕੋਚ ਆ ਮੈਂ ਇੱਕ ਕੋਚ ਦੇ ਤੌਰ ਤੇ ਬੱਚਿਆਂ ਨੂੰ ਉਹਨਾਂ ਦੇ ਨਾਲ ਨਾਲ ਜੋੜਦਾ ਉਹਨਾਂ ਦੇ ਪਹਿਰਾਵੇ ਨਾਲ ਜੋੜਦਾ ਉਹਨਾਂ ਦੀ ਸਭਤਾ ਨਾਲ ਜੋੜਦਾ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਕੰਮ ਆ ਆਲੋਚਨਾ ਵਾਲਾਗਾ ਜਾਂ ਗਲਤ ਹੋਗਾ ਇਸ ਕਰਕੇ ਵੀ ਮੈਨੂੰ ਆਪਣੇ ਫੀਲਡ ਦੇ ਵਿੱਚ ਕਦੇ ਵੀ ਆਲੋਚਨਾ ਦਾ ਕਦੇ ਵੀ ਵਿਰੋਧ ਦਾ ਸਾਹਮਣਾ ਕਰਨਾ ਨਹੀਂ ਪਿਆ ਪਰ ਜਿਹੜੇ ਕਰਦੇ ਨੇ ਉਹ 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 ਤੋਂ ਉਹਨਾਂ ਬਾਰੇ ਕੀ ਕਹਿਣਾ ਉਨਾਮ ਦੇਖੋ ਉਹਨਾਂ ਦਾ ਹਰ ਇੱਕ ਦਾ ਬੰਦੇ ਦਾ ਆਪਣਾ ਆਪਣਾ ਸਟਾਈਲ ਆ ਮੈਂ ਕਿਸੇ ਨੂੰ ਇੱਥੇ ਕਿਸੇ ਬਾਰੇ ਗਲਤ ਟਿੱਪਣੀ ਨਹੀਂ ਕਰਾਂਗਾ ਮੇਰਾ ਆਪਣਾ ਕੰਮ ਆ ਮੇਰਾ ਆਪਣਾ ਕਿਰਦਾਰ ਆ ਮੈਂ ਮੇਰਾ ਆਪਣਾ ਫੀਲਡ ਆ ਨਾ ਹਰ ਇੱਕ ਬੰਦੇ ਦਾ ਆਪਣਾ ਆਪਣਾ ਹੈ ਜਿੱਦਾਂ ਦਾ ਬੰਦੇ ਦੀ ਸੋਚ ਆ ਸਮਝ ਆ ਉਹਦਾ ਦੇ ਕੰਮ ਕਰੀ ਜਾਂਦੇ ਨੇ ਸਾਬ ਜਿਵੇਂ ਤੁਸੀਂ ਅਕਸਰ ਜਾਣਦੇ ਹੋ ਮਤਲਬ ਪ੍ਰੋਗਰਾਮ ਲਾਉਣ ਜਾਂਦੇ ਹੋ ਜਦੋਂ ਵੀ ਜਾਣਦੇ ਹੋ ਪਰਫਾਰਮ ਕਰਨ ਜਿਵੇਂ ਬੰਦੇ ਨੇ ਮਰਦ ਇਕੱਠੇ ਹੋਏ ਨੇ ਤੁਹਾਡੀਆਂ ਬੋਲੀਆਂ ਬਦਲ ਜਾਂਦੀਆਂ ਨੇ ਉੱਥੇ ਹਾਂ ਬਿਲਕੁਲ ਜਿੱਥੇ ਮੁੰਡੇ ਨੇ ਮੁੰਡੇ ਇਕੱਠੇ ਹੋਏ ਨੇ ਸਾਰੇ ਹਨਾ ਨੱਚ ਰਹੇ ਨੇ ਉੱਥੇ ਅਸੀਂ ਮਰਦਾਨਾ ਬੋਲੀਆਂ ਪਾਉਂਦੇ ਆਂ ਮੁੰਡਿਆਂ ਲੀਆਂ ਪਾਉਣੇ ਆ ਉਹਨਾਂ ਦੇ ਕਿ ਕਿਦਾਂ ਦਾ ਉਹਨਾਂ ਦੇ ਉਹਨਾਂ ਦੇ ਜੋਸ਼ ਦੀਆਂ ਲਾਲੋ ਉਹਨਾਂ ਦੇ ਪਹਿਰਾਵੇ ਦੀਆਂ ਲਾਲੋ ਉਹਨਾਂ ਦੇ ਹਸਨ ਖੇਡਣ ਦੀਆਂ ਲਾਲੋ ਉਹਨਾਂ ਦੀ ਚਾੜ ਦੀਆਂ ਲਾਲੋ ਇੱਕ ਦੂਜੇ ਨੂੰ ਛੇੜਨ ਦੀਆਂ ਲਾਲੋ ਉਹਦੇ ਦੇ ਬੋਲੇ ਪੈਂਦੇ ਜਿੱਥੇ ਸਾਡੀਆਂ ਭੈਣਾਂ ਨੇ ਮਾਮਾਤੀਆਂ ਇਕੱਠੀਆਂ ਨੇ ਤੁਸੀਂ ਮਾਮਾਤੀਆਂ ਦੇ ਵਿਰਾਗ ਦੀਆਂ ਬੋਲੀਆਂ ਪਾਉਣੀਆਂ ਜਿੱਥੇ ਸੱਸ ਨੂੰ ਹਣੇ ਤੇ ਸੱਸ ਨੂੰਾਂ ਦੀ ਨੋਕ ਝੁਕਦੀਆਂ ਬੋਲੀਆਂ ਪਾਉਣੀਆਂ ਜਿੱਥੇ ਦੋਨੇ ਪਰਿਵਾਰ ਖੜੇ ਨੇ ਮਰਦ ਵੀ ਖੜੇ ਨੇ ਔਰਤਾਂ ਵੀ ਖੜੀਆਂ ਉੱਥੇ ਕਦੇ ਜੇਠ ਜੇਠ ਜਠਾਣੀ ਦੀਆਂ ਬੋਲੀਆਂ ਨਾ ਵਿਆਂਗਾ ਕਸਤਾ ਕਿਤੇ ਦਿਔਰ ਭਾਬੀ ਦਾ ਵਿਆਂਗਾ ਕਰ ਸਕਦਾ ਕਿਤੇ ਕੋ ਬੋਲੀਆਂ ਪਈਆਂ ਨੇ ਤਾਂ ਹਰ ਤਰ੍ਹਾਂ ਦੇ ਤੇ ਮੌਕੇ ਤੇ ਟੁਕਦੀਆਂ ਬੋਲੀਆਂ ਪਉਣੀਆਂ ਪਰ ਇੱਕ ਗੱਲ ਕਹਿਣਾ ਮੈਂ ਤੁਹਾਡੇ ਸਮਾਧਿਵੇਂ ਰਾਈ ਮੈਂ ਹੁਣ ਸੋਸ਼ਲ ਮੀਡੀਆ ਤੇ ਦੇਖਦਾ ਹਾਂ ਨਾ ਬਹੁਤੇ ਲੋਕ ਨਾ ਸਾਡੀਆਂ ਬੋਲੀਆਂ ਨੂੰ ਖਰਾਬ ਕਰਨ ਲੱਗ ਗਏ ਸਾਡੀਆਂ ਬੋਲੀਆਂ ਨਾਲ ਬਹੁਤ ਜ਼ਿਆਦਾ ਧੱਕਾ ਕਰਨ ਲੱਗ ਗਏ ਸਾਡੀਆਂ ਬੋਲੀਆਂ ਦੇਖੋ ਬੋਲੀ ਪਾਈ ਜਾਂਦੀ ਹੈ ਹੂੰ ਬੋਲੀ ਗਾਈ ਨਹੀਂ ਜਾਂਦੀ ਹੂੰ ਦੋਹਾ ਲਾਇਆ ਜਾਂਦਾ ਦੋਹਾ ਪਾਇਆ ਨਹੀਂ ਜਾਂਦਾ ਹੂੰ ਗੀਤ ਗਾਇਆ ਜਾਂਦਾ ਗੀਤ ਲਾਇਆ ਨਹੀਂ ਜਾਂਦਾ ਇਹ ਸਾਡੇ ਸੱਭਿਆਚਾਰਕ ਦੀਆਂ ਜਿਹੜੀਆਂ ਵਨਗੀਆਂ ਨੇ ਵੱਖਰੀਆਂ ਵੱਖਰੀਆਂ ਅੱਜ ਕੱਲ ਮੈਂ ਦੇਖਦਾ ਰੀਲਰ ਰੂਲਨਾ ਦੇਖਦੇ ਆਂ ਇਹ ਸੋਸ਼ਲ ਮੀਡੀਆ ਤੇ ਤਾਂ ਕੁਝ ਲੋਕ ਇਹੋ ਜਿਹੇ ਨੇ ਤੇ ਬੋਲੀਆਂ ਦੇ ਵਿੱਚ ਬੋਲੀਆਂ ਦਾ ਕਟਵੱਟ ਕਰਨੀ ਸ਼ੁਰੂ ਕਰਤੀ ਬੋਲੀਆਂ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰਤਾ ਦੇਖੋ ਜਿੰਨਾਂ ਸਾਡੀਆਂ ਦਾਦੀਆਂ ਪਰਦਾਦੀਆਂ ਨੇ ਕਿੰਨੀ ਮਿਠਾਸ ਵਾਲੀਆਂ ਬੋਲੀਆਂ ਪਾਈਆਂ ਨੇ ਹਾਂ ਨਾ ਕਿੰਨੇ ਸੋਹਣੇ ਸ਼ਬਦ ਚੁਣੇ ਨੇ ਸਾਡਾ ਪੰਜਾਬ ਔਰ ਐਡਾ ਵੱਡਾ ਉਹਨਾਂ ਸ਼ਬਦਾਂ ਦਾ ਜਿਹਦਾ ਅਰਥ ਬਹੁਤ ਡੂੰਘਾ ਹੁੰਦਾ ਹੂੰ ਜੀ ਮੈਂ ਬੋਲ ਰਹੀ ਕਿੰਨੀਆਂ ਸਰਾਈਆਂ ਜਿਵੇਂ ਕਹਿੰਦੇ ਨਹੀਂ ਬੋਲ ਰਹੀ ਸਰਾਈਆਂ ਕਿ ਬੱਕੀ ਦੀਏ ਪੀੜੇ ਕਲੇਜੇ ਦੀਏ ਪੀੜੇ ਆਸ਼ਿਕ ਨਹੀਂ ਮੇਰੀ ਕੁਰਤੀ ਦੇ ਵੀੜੇ ਦੇਖੋ ਬੀੜੇ ਸ਼ਬਦ ਯੂਜ਼ ਕਰਿਆ ਆਸ਼ਕ ਨਹੀਂ ਮੇਰੀ ਕੁੜਤੀ ਦੇ ਵੀੜੇ ਕਿੱਡੀ ਵੱਡੀ ਗੱਲ ਕਹਤੀ ਇਹਦੇ ਵਿੱਚ ਬੀੜੇ ਸਾਡੀਆਂ ਔਰਤਾਂ ਜਿਹੜੀਆਂ ਪ੍ਰਾਣੀਆਂ ਬੁੜੀਆਂ ਸੀ ਨਾ ਉਹਨਾਂ ਦੇ ਸੋਨੇ ਜਾਂ ਚਾਂਦੀ ਦੇ ਜਾਂ ਗिल्ट ਤੇ ਇੱਕ ਇੱਕ ਬਟਨ ਬਣੇ ਹੁੰਦੇ ਸੀ ਉਹ ਆਪਣੇ ਆਪਣੇ ਬਟਨਾਂ ਨੂੰ ਨਾ ਉਹ ਹਰ ਇੱਕ ਕੁੜਤੀ ਦੇ ਵਿੱਚ ਸੈੱਟ ਕਰ ਲੈਂਦੀਆਂ ਹੁੰਦੀਆਂ ਸੀ ਆਸ਼ਕ ਨਹੀਂ ਕਿੱਡੀ ਵੱਡੀ ਗੱਲ ਕੀ ਆਸ਼ਕ ਨਹੀਂ ਮੇਰੀ ਕੁੜਤੀ ਦੇ ਵੀੜੇ ਵੀ ਮੇਰੇ ਵੀੜਿਆਂ ਦੀ ਜਿਹੜੀ ਮੁਹੱਬਤ ਆ ਉਹ ਮੇਰੀ ਕੁੜਤੀ ਨਾਲ ਆ ਉਹ ਬਹੁਤ ਵੱਡੀ ਗੱਲ ਕਹਿ ਗਈਆਂ ਜੀ ਠੀਕ ਹੈ ਸੱਗੀ ਨਾ ਪੈਣੀ ਹੀਰੇ ਜੱਟੀ ਬਣ ਜਾਣਗੀ ਫੁੱਲੀਆਂ ਤੋਂ ਪਹਿਣ ਜਿਹੜਾ ਜੱਗ ਵਰਤਾਰਾ ਰੁੱਸੀ ਜਾਂਦੀ ਹੀਰੇ ਬਿ ਮਨਾਲਾ ਥਾਣੇਦਾਰ ਹੂੰ ਕਿੰਨੀਆਂ ਇਹ ਕਿੰਨਾ ਕੁ ਸਾਡੀ ਬੋਲੀ ਵਿੱਚ ਕਿੰਨਾ ਪਰ ਅੱਜ ਕੱਲ ਜਿਹੜੇ ਦੇਖਦੇ ਆ ਦੋ ਟੁਕੀਆਂ ਬੋਲੀਆਂ ਕਦੇ ਕਿਸੇ ਕੰਮ ਕਰਨ ਨਾਲ ਤੇ ਹਨਾ ਕਿ ਕਿਸੇ ਤੇ ਲੈ ਲੈ ਕਿਸੇ ਦਰਜੀ ਤੇ ਬੋਲੀ ਪਾਤੀ ਕਿਸੇ ਤੇਲੀ ਤੇ ਬੋਲੀ ਪਾਤੀ ਹਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਬੜਾ ਚੱਲ ਰਿਹਾ ਹੈ ਮੈਨੂੰ ਲੱਗਦਾ ਵੀ ਉਹਨਾਂ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਡੀਆਂ ਬੋਲੀਆਂ ਨਾਲ ਸਾਡੇ ਗੀਤਾਂ ਨਾਲ ਖਿਲਵਾੜ ਨਾ ਕਰੋ ਹਉ ਨਵੀਆਂ ਬੋਲੀਆਂ ਪਈਆਂ ਉਹਨਾਂ ਨੂੰ ਚੱਕ ਲੋ ਬੋਲੀਆਂ ਨੂੰ ਓਮੇ ਗਾਓ ਜਿਵੇਂ ਬੋਲੀਆਂ ਬੋਲੀਆਂ ਬਣੀਆਂ ਨੇ ਉਹ ਕਹਿੰਦੇ ਸੀ ਨਵੀਆਂ ਬਣਾ ਰਹੇ ਹਾਂ ਹਾਂ ਉਹ ਕੋਸ਼ਿਸ਼ ਕਰਦੇ ਨਵੀਆਂ ਬਣਾਦੇ ਪਰ ਉਹ ਕਹਿੰਦੇ ਕਿ ਮੇਰਾ ਮਤਲਬ ਤੇਰਾ ਯਾਰ ਫਲਾਣਾ ਬਿਜਲੀ ਵਿਭਾਗ ਵਿੱਚ ਲੱਗਿਆ ਪਲੰਬਰ ਹੈ ਇਹੋ ਜੀਆਂ ਬੋਲੀਆਂ ਨੇ ਮੈਂ ਇਹਨਾਂ ਚੀਜ਼ਾਂ ਦੀ ਨਿੰਦਿਆ ਕਰਦਾ ਸਾਨੂੰ ਦੁੱਖ ਹੈ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਕਿਉਂਕਿ ਚਿੰਤਾ ਤਾਂ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੱਸਾਂਗੇ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੱਸਾਂਗੇ ਅਸੀਂ ਸਾਡੀਆਂ ਬੋਲੀਆਂ ਸਾਡੇ ਗੀਤਾਂ ਦੇ ਵਿੱਚ ਹੀ ਸਾਡਾ ਸੱਭਿਆਚਾਰ ਝਲਕਦਾ ਨਾ ਜੀ ਹਨਾ ਜੇ ਅਸੀਂ ਬੋਲੀਆਂ ਪਾਵਾਂ ਤੇ ਉਹਦੇ ਵਿੱਚ ਦੇਖੋ ਜਦੋਂ ਕੁੜੀ ਇੱਕ ਗਿੱਧੇ ਨਾਲ ਜੁੜਦੀ ਹੈ ਦੇਖੋ ਸਭ ਤੋਂ ਪਹਿਲਾਂ ਆਪਣੇ ਪਹਿਰਾਵੇ ਨਾਲ ਜੁੜਦੀ ਹੈ ਹੂੰ ਪਹਿਰਾਵਾ ਪੂਰਾ ਪੌਂਦੀ ਹੈ ਸਿਰ ਤੇ ਚੁੰਨੀ ਲੈਂਦੀ ਹੈ ਹੈ ਸਾਡੇ ਆਪਣੇ ਪੂਰੇ ਤਨ ਨੂੰ ਢੱਕਦੀ ਹੈ ਕਿੱਡਾ ਅਮੀਰ ਸੱਭਿਆਚਾਰਾ ਸਾਡਾ ਇੱਕ ਮੁੰਡਾ ਭੰਗੜੇ ਨਾਲ ਜੁੜਦਾ ਸਭ ਤੋਂ ਪਹਿਲਾਂ ਕੇਸ ਰੱਖਦਾ ਉਹ ਤੇ ਸਿਰ ਤੇ ਦਸਤਾਰ ਸਜਾਉਂਦਾ ਦਾੜਾ ਦਾੜਾ ਪ੍ਰਕਾਸ਼ ਕਰਦਾਗਾ ਜੁੱਤੀ ਪਹਿਨਦਾ ਚਾਦਰਾਂ ਪਹਿਨਦਾ ਤੇ ਕਿੰਨੀਆਂ ਅਮੀਰ ਚੀਜ਼ਾਂ ਲੱਗੀਆਂ ਇਹ ਚੀਜ਼ਾਂ ਹੀ ਜੋੜਦੀਆਂ ਨੇ ਜੇ ਹੁਣ ਸਾਡੇ ਮੁੰਡੇ ਜੇ ਅਸੀਂ ਭੰਗੜੇ ਦੀ ਗੱਲ ਹੀ ਨਾ ਕਰਾਂਗੇ ਤਾਂ ਸਾਡੇ ਮੁੰਡਿਆਂ ਨੇ ਤਾਂ ਵੈਸਟਰਨ ਵੱਲ ਜਾਣਾ ਹੀ ਹੈ ਉਹਨਾਂ ਨੇ ਕੇਸ ਕਟਾ ਦੇ ਨੇ ਦਸਤਾਰਾਂ ਲਾ ਦੇ ਨੇ ਉਹ ਉਹੀ ਡਿਸਕੋ ਡਾਂਸ ਕਰ ਦੇਣਾਗਾ ਹਣਾ ਤੇ ਇਹ ਇਹ ਕੁਐਸਚਨ ਜੇ ਸਾਡੀਆਂ ਜਾਰੀ ਰਹਿਣਗੇ ਜੇ ਕਾਲਜਾਂ ਦੇ ਵਿੱਚ ਜੇ ਰੂਥ ਫੈਸਟੀਵਲ ਹੁੰਦੇ ਨੇ ਤਾਂ ਮੁੰਡਿਆਲੇ ਕਾਲਾ ਚ ਪੰਗੜਾ ਹੁੰਦਾ ਦੋ ਦੋ ਮਹੀਨੇ ਤਿਆਰੀ ਕਰਦੇ ਦੇਖੋ ਮੁੰਡੇ ਬਾਣੀ ਨਾਲ ਵੀ ਜੁੜਦੇ ਨੇ ਦੇਖੋ ਗਿੱਧਾ ਪੰਗੜਾ ਕੈਸੀ ਚੀਜ਼ ਆ ਜਦੋਂ ਦੀ ਤਿਆਰੀ ਕਰਾਉਂਦੇ ਨੇ ਨਾ ਕੋਚ ਰਹਿ ਅਸਲ ਤੋਂ ਪਹਿਲਾਂ ਸੁਖਣੀ ਸਾਹਿਬ ਦੇ ਜਾਂ ਜਪਜੀ ਸਾਹਿਬ ਦੇ ਪਾਠ ਹੁੰਦੇ ਨੇ ਜੀ ਸਿਰ ਟਾ ਕੇ ਅਰਦਾਸਾਂ ਹੁੰਦੀਆਂ ਨੇ ਹੂੰ ਫਿਰ ਮਿਹਨਤਾਂ ਹੁੰਦੀਆਂ ਨੇ ਪੰਗੜਾ ਗਿੱਧਾ ਇਹ ਐਦਾਂ ਦੀਆਂ ਚੀਜ਼ਾਂ ਨੇ ਜੇ ਗਿੱਧਾ ਪੰਗੜਾ ਸਾਡੇ ਬਹੁਤੇ ਕਹਿੰਦੇ ਨੇ ਨਾ ਵੀ ਇਹ ਇੱਕ ਇੱਕ ਇਧਰ ਨੂੰ ਤੁਰ ਗਈ ਸਾਡੀ ਕੌਮ ਮੈਂ ਉਹੀ ਉਹੀ ਸਵਾਲ ਕਰ ਲੱਗਾ ਸੀਗਾ ਜੇ ਸੋਸ਼ਲ ਮੀਡੀਆ ਤੇ ਇੱਕ ਵਿਰੋਧ ਇਹ ਵੀ ਚੱਲਦਾ ਆ ਰਿਹਾ ਵੀ ਕਿੰਦਰ ਗਿੱਧੇ ਭੰਗੜਿਆਂ ਚ ਡਾਂਸ ਵਾਲੇ ਪਾਸੇ ਸਾਡੇ ਪੰਜਾਬੀ ਜਾਣ ਲੱਗ ਪਏ ਸਾਡਾ ਸਾਡੀ ਦਾ ਸਾਡਾ ਤਾਂ ਇਤਿਹਾਸ ਇਹ ਕਹਿੰਦਾ ਹੈਗਾ ਇਹ ਨਹੀਂ ਹੋਣਾ ਚਾਹੀਦਾ ਮੈਂ ਵੀ ਕਹਿੰਦਾ ਕਿ ਕਲਚਰ ਕੱਲਾ ਗਿੱਧਾ ਭੰਗੜਾ ਵੀ ਨਹੀਂ ਹੈਗਾ ਉਹਦੇ ਵਿੱਚ ਸਾਰਾ ਕੁਝ ਮਿਲ ਕੇ ਹੀ ਚੱਲਦਾ ਹੁੰਦਾ ਦੇਖੋ ਕਲਚਰ ਕਲਚਰ ਕੱਲਾ ਗਿੱਧਾ ਭੰਗੜਾ ਨਹੀਂ ਹੈਗਾ ਸਾਡਾ ਬਹੁਤ ਬਹੁਤ ਵੱਡਾ ਕਲਚਰ ਇੱਕ ਧਾਰਮਿਕ ਕਲਚਰ ਆ ਗਿਆ ਸਾਡਾ ਧਾਰਮਿਕ ਸੱਭਿਆਚਾਰ ਆ ਗਿਆ ਸਾਡਾ ਹਣਾ ਉਹਦੇ ਵਿੱਚ ਇੱਕ ਇੱਕ ਆ ਗਿਆ ਸਾਡਾ ਦੇਖੋ ਹਰ ਇੱਕ ਹਰ ਇੱਕ ਸਭਤਾ ਦਾ ਆਪਣਾ ਆਪਣਾ ਸੱਭ ਭਾਰਤ ਪਿੰਤਾਵਾਂ ਪਰਿਆਦੇਸ ਐ ਮਨ ਕਿਹਾ ਜਾਂਦਾ ਜੀ ਠੀਕ ਹੈ ਇਕੱਲਾ ਇਹ ਨਹੀਂ ਹੈਗਾ ਜੀ ਅਸੀਂ ਸਿੱਖ ਧਰਮ ਨੂੰ ਬਿਲਾਉਂ ਕਰਦੇ ਆ ਸਿੱਖ ਧਰਮ ਦੇ ਵਿੱਚ ਵੀ ਹੱਸਣਾ ਖੇਡਣਾ ਹੈ ਹੂੰ ਹੱਸ ਖੇਡ ਸਕਦੇ ਆ ਅਸੀਂ ਹਨਾ ਉਹ ਉਹ ਸਾਡੇ ਪਰਿਵਾਰਾਂ ਦੇ ਦੇ ਸ਼ੌਂਕ ਨੇ ਹਰ ਪਰਿਵਾਰ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਸਿੱਠਣੀਆਂ ਲੱਗਦੀਆਂ ਨੇ ਰਵੈਤੀ ਗੀਤ ਗਾਏ ਜਾਂਦੇ ਨੇ ਘੋੜੀਆਂ ਸੁਹਾਗ ਗਾਏ ਜਾਂਦੇ ਨੇ ਉਹ ਸਾਡਾ ਇੱਕ ਪਾਰਟ ਹੈ ਅਸੀਂ ਇਹਨੂੰ ਨਹੀਂ ਖਤਮ ਕਰ ਸਕਦੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਬੱਚੇ ਨੂੰ ਨਾ ਦਖਾ ਸਾਡੇ ਬੱਚੇ ਨਾ ਚੀਜ਼ਾਂ ਨਾਲ ਜੁੜਨਗੇ ਕਿਉਂਕਿ ਇਹ ਨਾਲ-ਨਾਲ ਚੱਲਦੀਆਂ ਨੇ ਦੇਖੋ ਜਿਵੇਂ ਗੁਰੂ ਸਾਹਿਬਾਂ ਤੋਂ ਲਾ ਲੋ ਹਣਾ ਆਪਣੇ ਗੁਰੂ ਨਾਨਕ ਦੇਵ ਜਦੋਂ ਜਦੋਂ ਦੇ ਮਤਲਬ ਕਿ 6ਵੇਂ ਪਾਤਸ਼ਾਹਤੋਂ ਲਾਉ ਜੀ ਉਹਨਾਂ ਦੇ ਵਿੱਚ ਰਾਜਨੀਤੀ ਤੇ ਧਰਮ ਨਾਲ ਨਾਲ ਚੱਲੇ ਨੇ ਮੇਰੀ ਪੀੜ੍ਹੀਆਂ ਦੋ ਦਸਤਾਰਾ ਗੁਰੂ ਸਾਹਿਬ ਨੇ ਪਹਿਨਨ ਦੇ ਲਈ ਕਿਹਾ ਸੀ ਨਾ ਸ਼ਾਂਤੀ ਦਾ ਪ੍ਰਤੀਕ ਸੀ ਤੇ ਇੱਕ ਜਿੱਥੇ ਤਾਂ ਪ੍ਰਤੀਕ ਸੀ ਦੋਨੇ ਮਤਲਬ ਕਿ ਮੇਰੀ ਪੀੜ੍ਹੀਆਂ ਤਲਵਾਰਾਂ ਸਾਨੂੰ ਦੋ ਚੀਜ਼ਾਂ ਦੇ ਨਾਲ ਜੋੜਦੀਆਂ ਸੀ ਠੀਕ ਹੈ ਤਾਂ ਇਸ ਕਰਕੇ ਵੀ ਇੱਕ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਾਲ-ਨਾਲ ਚੱਲਦੀਆਂ ਨੇ ਸਾਡੀਆਂ ਠੀਕ ਹੈ ਸਾਡੀਆਂ ਇਹ ਕੋਈ ਜੇ ਮੈਂ ਆ ਗਿਆ ਕੋਈ ਗਿੱਧਾ ਮੈਂ ਤਾਂ ਬਣਾ ਬਣਾ ਨਹੀਂ ਤਾ ਆਪਦੇ ਕੋਲ ਤਾਂ ਬਣਾਇਆ ਨਹੀਂ ਕੋਈ ਗੀਤ ਨਹੀਂ ਮੇਰੇ ਕੋਲ ਬਣਾਏ ਕੋਈ ਮੈਂ ਸਟੈਪ ਨਹੀਂ ਆਪਣੇ ਕੋਲੇ ਬਣਾਏ ਅਸੀਂ ਵੀ ਜੇ ਸਕੂਲਾਂ ਕਾਲਜਾਂ ਚ ਪੜੇ ਅਸੀਂ ਕਿਤਾਬਾਂ ਚ ਪੜਿਆ ਵੀ ਸਾਡਾ ਗਿੱਧਾ ਨਾਚ ਹੈ ਕੀ ਜੀ ਅਸੀਂ ਵੀ ਗੀਤ ਸਾਡੇ ਪਿੰਡਾਂ ਦੇ ਵਿੱਚੋਂ ਕਤ ਪਹਿਲਾ ਕਿਤਾਬਾਂ ਚ ਪੜੋ ਫਿਰ ਪਿੰਡਾਂ ਦੀਆਂ ਸਾਡੀਆਂ ਬਜ਼ੁਰਗ ਔਰਤਾਂ ਕੋਲ ਦੇਖੇ ਵਿਆਮਾ ਸਾਤੇ ਮੈਂ ਰਿਸਰਚ ਕਰੀ ਮੈਂ ਹਰ ਖੇਤਰ ਚ ਗਿਆ ਮੈਂ ਮਾਝੇ ਚ ਵੀ ਗਿਆ ਮੈਂ ਦੁਆਬੇ ਚ ਵੀ ਗਿਆ ਮੈਂ ਪੋਅਤ ਚ ਵੀ ਗਿਆ ਮੈਂ ਲੈਂਦੇ ਪੰਜਾਬ ਚ ਗਿਆ ਮੈਂ ਚੜ੍ਹਦੇ ਪੰਜਾਬ ਚ ਵੀ ਗਿਆ ਮੈਂ ਹਰ ਪੱਦਰ ਤੇ ਜਾ ਕੇ ਬਡੇਰੀ ਉਮਰ ਦੀਆਂ ਮਾਤਾ ਮਾਂ ਦੇ ਕੋਲ ਬੈਠ ਕੇ ਉਹਨਾਂ ਦੇ ਢਿੱਡਾਂ ਦੇ ਵਿੱਚੋਂ ਬਹੁਤ ਕੁਝ ਕਢਾਇਆ ਹੂੰ ਜੇ ਮੈਂ ਗਿੱਧੇ ਦੀ ਟ੍ਰੇਨਿੰਗ ਦੇਣਾ ਤਾਂ ਕਿੱਦਾਂ ਮੇਰਾ ਨਹੀਂ ਹੈਗਾ ਜੀ ਨਾ ਗੀਤ ਮੇਰੇ ਨੇ ਨਾ ਬੋਲੀਆਂ ਮੇਰੀਆਂ ਨੇ ਇਹ ਤਾਂ ਸਾਡੀਆਂ ਪੀੜੀਦਰ ਪੀੜੀਆਂ ਚੱਲੀਆਂ ਹੋਈਆਂ ਚੀਜ਼ਾਂ ਨੂੰ ਅਸੀਂ ਅੱਗੇ ਲਿਜਾ ਰਹੇ ਹਾਂ ਬਿਲਕੁਲ ਠੀਕ ਹੈ ਜੇ ਮੰਨ ਲਓ ਕੋਈ ਬੰਦੇ ਵਿਰੋਧ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਕਿੱਧਰ ਚੱਲ ਪੇ ਤਾਂ ਮੈਨੂੰ ਲੱਗਦਾ ਹੈ ਯੂਨੀਵਰਸਿਟੀਾਂ ਤੋਂ ਰੁਕਣਾ ਚਾਹੀਦਾ ਉਹਨਾਂ ਨੇ ਹੂੰ ਸਾਨੂੰ ਤਾਂ ਪੱਤੀ ਨਹੀਂ ਸੀ ਗਿੱਧਾ ਪੰਗੜਾ ਕੀ ਜਦੋਂ ਅਸੀਂ ਕਾਲਜਾਂ ਸਕੂਲਾਂ ਚ ਪੜੇ ਤੇ ਸਾਨੂੰ ਉੱਥੋਂ ਹੀ ਪਤਾ ਲੱਗਿਆ ਨਾ ਯੂਥ ਫੈਸਟੀਵਲ ਦੇ ਵੀ ਪਤਾ ਲੱਗਿਆ ਨਾ ਵੀ ਕਿੱਤੇ ਪੰਗੜੇ ਹੈ ਕੀ ਨੇ ਤਾਂ ਮੈਨੂੰ ਲੱਗਦਾ ਵੀ ਇਹ ਤਾਂ ਸਾਡੇ ਸਾਡੇ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ ਜੇ ਅਸੀਂ ਇਹਨੂੰ ਇੱਥੋਂ ਹਟਾਤਾ ਪਿੱਛੇ ਰਹੀ ਨਹੀਂ ਜਾਂਦਾ ਕੁਝ ਹਾਂ ਬਿਲਕੁਲ ਉਹ ਹਟਣ ਦੇ ਕਿਨਾਰੇ ਤੇ ਤਾਂ ਹੋਇਆ ਹੀ ਪਿਆ ਉਹਨੂੰ ਪਤਾ ਹੀ ਆ ਪਰ ਫੇਰ ਵੀ ਅਸੀਂ ਉਹਨੂੰ 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 ਬਚਾਉਣ ਦੀ ਕੋਸ਼ਿਸ਼ ਚ ਲੱਗੇ ਹੋਈਆਂ ਵੀ ਕੱਲਾਪਾਲ ਸਿੰਘ ਸਮਾਓ ਕਿਵੇਂ ਬਚਾਲੂਗਾ ਕੱਲਾਪਾਲ ਸਿੰਘ ਸਮਾਓ ਮੈਂ ਮੈਂ ਨਹੀਂ ਬਚਾ ਸਕਦਾ ਦੇਖੋ ਜੇ ਮੈਂ ਅਸੀਂ ਕੁੜੀਆਂ ਦਾ ਸਤ ਕਾਲਜਾਂ ਚ ਪੜਦੇ ਸੀ ਮੇਰੇ ਕੋਲ ਤਾਂ ਇੱਕੋ ਹੀ ਕਮਰਾ ਸੀ ਕਰੇ ਮੇਰੇ ਕੋਲ ਤਾਂ ਆਪਦੇ ਕੋਲੇ ਰਹਿਣ ਲਈ ਜਗ੍ਹਾ ਨਹੀਂ ਸੀਗੀ ਦੁੱਖ ਹੁੰਦਾ ਸੀ ਕੁੜੀਆਂ ਮੇਰੇ ਕੋਲੇ ਵਿਚਾਰੀਆਂ ਆਉਂਦੀਆਂ ਸੀ ਧੀਆਂ ਭੈਣਾ ਹਨਾ ਮੈਨੂੰ ਬੜੇ ادب ਸਤਿਕਾਰ ਦਿੰਦੀਆਂ ਸੀ ਆਉਂਦੀਆਂ ਸੀ ਤਾਂ ਮੇਰੇ ਲਈ ਇੱਕ ਚਿੰਤਾ ਦਾ ਵਿਸ਼ਾ ਸੀਗਾ ਵੀ ਮੈਂ ਕਿੱਥੇ ਕੀ ਕਰਾਂ ਹੂੰ ਪਹਿਲੀ ਗੱਲ ਸਾਡੇ ਉਸ ਫੀਲਡ ਦੇ ਵਿੱਚ ਕੁੜੀਆਂ ਇਹੋ ਜਿਹੀਆਂ ਜੁੜਦੀਆਂ ਸੀ ਜਿਨ੍ਹਾਂ ਦੇ ਮਾਪੇ ਨਹੀਂ ਹੁੰਦੇ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਜਾਂ ਜਿਨ੍ਹਾਂ ਦੇ ਪਿੱਕੇ ਨਹੀਂ ਹੁੰਦੇ ਤਾਂ ਮੇਰੀ ਸੋਚ ਸੋਚਦੀ ਗਈ ਮੈਂ ਮਿਹਨਤ ਕਰ ਕਰਕੇ ਕਰ ਕਰਕੇ ਮੇਰੇ ਇੱਕ ਸੁਪਨਾ ਸੀ ਮੈਂ ਐਸੀ ਚੀਜ਼ ਬਣਾਵਾਂ ਜਿੱਥੇ ਕੁੜੀਆਂ ਰਹਿਣ ਇਕੱਠੀਆਂ ਜੀ ਤਾਂ ਮੈਂ ਮਿਹਨਤ ਕਰਕੇ ਬਹੁਤ ਦਿਨ ਰਾਤ ਮਿਹਨਤ ਕਰਕੇ ਮੈਂ ਕੁੜੀਆਂ ਦੇ ਲਈ ਘਰ ਬਣਾਇਆ ਉਹਦਾ ਨਾਮ ਰੱਖਿਆ ਧੀਆਂ ਦਾ ਘਰ ਜੀ ਉੱਥੇ ਹਰ ਇੱਕ ਕੁੜੀ ਆਉਂਦੀ ਹੈ ਆਪਣੀਆਂ ਭਾਵਨਾਵਾਂ ਨੂੰ ਬਾਹਰ ਕੱਢਦੀ ਹੈ ਆਪਣਾ ਗੁੱਬਗਵਾਟ ਕੱਢਦੀ ਹੈ ਉੱਥੇ ਕੱਲਾ ਗਿੱਧਾ ਨਹੀਂ ਹੈਗਾ ਗਿੱਧੇ ਦੇ ਪਿੱਛੇ ਬਹੁਤ ਖੁਸ਼ ਹੈ ਉੱਥੇ ਦੀ ਦੋ ਵਰਕਸ਼ਾਪ ਲੱਗਦੀ ਆ ਅਸੀਂ ਉਹਨੂੰ ਘਰੇਲੂ ਕੰਮ ਧੰਦਾ ਵੀ ਸਿਖਾਉਣੇ ਆ ਤਰਿੰਜਨ ਦੇ ਸਿਖਾਉਣੇ ਆ ਉਹਨੂੰ ਚਰਖਾ ਕੱਤਣਾ ਸਿਖਾਉਣੇ ਆ ਦਰੀਆਂ ਬੁੰਨੀਆਂ ਸਿਖਾਉਣੇ ਆ ਬਾਗ ਕੱਢਣੇ ਸਿਖਾਉਣੇ ਆ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਘਰੇਲੂ ਕੰਮ ਮੱਝਾ ਚੋਣੀਆਂ ਸਿਖਾਉਣੇ ਆ ਤੇ ਪਕਵਾਨ ਬਣਾਉਣੇ ਸਿਖਾਉਣੇ ਬਹੁਤ ਸਾਰੀਆਂ ਚੀਜ਼ਾਂ ਨੇ ਗਿੱਦਾ ਤਾਂ ਇੱਕ ਸਾਰੇ ਕੰਮ ਤੋਂ ਵੱਧ ਇੰਜੋਏਮੈਂਟ ਦਾ ਟੰਗ ਆ ਮਤਲਬ ਉਹਦੇ ਨਾਲ ਨਾਲ ਸਾਰਾ ਕੁਝ ਚੱਲ ਰਿਹਾ ਹੈ ਨਾਲ ਨਾਲ ਚੱਲ ਰਿਹਾ ਉਸ ਤੋਂ ਬਿਨਾ ਸਵੇਰੇ ਸਵੇਰੇ ਅਸੀਂ ਉਹਨਾਂ ਨੂੰ ਬਾਣੀ ਨਾਲ ਜੋੜਨਾ ਮੈਂ ਮੈਂ ਸਾਰੀਆਂ ਕੁੜੀਆਂ ਨੂੰ ਕਹਿੰਦੇ ਆ ਵੀ ਸਵੇਰੇ ਇੰਨੇ ਵਜੇ ਉੱਠ ਕੇ ਬੇਟਾ ਕਿਸੇ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹਨਾ ਉੱਥੇ ਉੱਥੇ ਬਹੁਤ ਕੁਛ ਆ ਦੇਖੋ ਅਸੀਂ ਉਸ ਜਗ੍ਹਾ ਦੇ ਉੱਤੇ ਧੀਆਂ ਦੇ ਘਰ ਦੇ ਵਿੱਚ ਅਸੀਂ ਸਾਲ ਦੇ ਵਿੱਚ ਤਿੰਨ ਵਾਰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਹਮ ਕੀਰਤਨ ਦਰਬਾਰ ਹੁੰਦੇ ਨੇ ਉੱਥੇ ਹਨਾ ਕੱਲਾ ਹੀ ਨਹੀਂ ਹੈਗਾ ਵੀ ਕੱਲਾ ਬੱਚੇ ਨੂੰ ਨਾਚ ਨਾ ਰੀ ਜੋੜਿਆ ਨੇ ਬੱਚੇ ਨੂੰ ਹਰ ਇੱਕ ਜੀਵਨ ਜਾਂਚ ਸिखਾਈ ਜਾਂਦੀ ਹੈ ਮੈਨੂੰ ਲੱਗਦਾ ਵੀ ਜਿਹੜੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਜਾਂ ਜਿਹੜੇ ਸਾਡੀ ਕਿਤਨਾ ਕਿਤੇ ਵਿਰੋਧਤਾ ਕਰਦੇ ਹੋਣਗੇ ਹਨਾ ਹਨਾ 1-2% ਹੋਣਗੇ ਤਾਂ ਮੈਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਇੱਕ ਵਾਰ ਪਿੰਡ ਸਮਾਉ ਧੀਆਂ ਦੇ ਘਰ ਚ ਆ ਕੇ ਜਾਓ ਇੱਕ ਦੋ ਦਿਨ ਰਹੋ ਤੁਹਾਨੂੰ ਪਤਾ ਲੱਗੂਗਾ ਵੀ ਉੱਥੇ ਕੁੜੀਆਂ ਆਪਣੇ ਆਪ ਨੂੰ ਇੰਨਾ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਉਹ ਆਪਣੇ ਘਰੇ ਨਹੀਂ ਕਰਦੀਆਂ ਹੂੰ ਉੱਥੇ ਕੱਲਾ ਇਹ ਨਹੀਂ ਹੈਗਾ ਵੀ ਜੋ ਧੀਆਂ ਦੇ ਘਰ ਦੇ ਵਿੱਚ ਜੋ ਉੱਥੇ ਬਣ ਗਿਆ ਉਹੀ ਖਾਂਣਗੀਆਂ ਹਰ ਕੁੜੀ ਤੋਂ ਲਿਸਟ ਮੰਗੀ ਜਾਂਦੀ ਹੈ ਹੂੰ ਉਹਦੀ ਡਾਈਟ ਦੀ ਜੀ ਵੀ ਬੇਟਾ ਤੁਸੀਂ ਰੂਟੀਨ ਚ ਕੀ ਖਾਨੀਓ ਕੋਈ ਕੁੜੀ ਸ਼ਾਮ ਨੂੰ ਪੈਣ ਲੱਗੀ ਦੁੱਧ ਪੀਂਦੀ ਆ ਕੋਈ ਬੱਚਾ ਚਾਹ ਪਿੰਦਾ ਕੋਈ ਜੂਸ ਪਿੰਦਾ ਕੋਈ ਲੱਸੀ ਪਿੰਦਾ ਪਰ ਜੋ ਉਹਨਾਂ ਦੀ ਉਹਨਾਂ ਦਾ ਪਲੈਨ ਆ ਉਹ ਉਹਨਾਂ ਨੂੰ ਹਾਜ਼ਰ ਹੁੰਦਾ ਹੂੰ ਕੋਈ ਬੱਚਾ ਸੁੱਕੀਆਂ ਸਬਜ਼ੀਆਂ ਖਾਂਦਾ ਨਹੀਂ ਨਹੀਂ ਕੋਈ ਫੀਸ ਨਹੀਂ ਇਹ ਕੁੜੀਆਂ ਨੂੰ ਕੁੜੀਆਂ ਦੇ ਲਈ ਕਰ ਰਹੇ ਆ ਅਸੀਂ ਇਹ ਧੀਆਂ ਦੇ ਘਰ ਚ ਮਾਤਾ ਚਰਨਕੌਰ ਵੀ ਆਏ ਹਾਂ ਬਿਲਕੁਲ ਇਹ ਜਦੋਂ ਇਹ ਧੀਆਂ ਦੇ ਘਰ ਦੇ ਵਿੱਚ ਨਾ ਜਦੋਂ ਦੇਖੋ ਸੋਸ਼ਲ ਮੀਡੀਆ ਤੇ ਕਿੰਨਾ ਪ੍ਰਚਾਰ ਹੋਇਆ ਤੇ ਇੱਕ ਬਹੁਤ ਅੱਛਾ ਮੈਸੇਜ ਗਿਆ ਸੀ ਤੇ ਮਾਤਾ ਚਰਨਕੌਰ ਕੌਰ ਕਲਚਰ ਨੂੰ ਬਹੁਤ ਪਸੰਦ ਕਰਦੇ ਨੇ ਬਹੁਤ ਪਿਆਰ ਕਰਦੇ ਸੀ ਸਾਡੀ ਗੱਲਬਾਤ ਫੋਨ ਤੇ ਹੁੰਦੀ ਰਹਿੰਦੀ ਸੀ ਫਿਰ ਬਕਾਇਦਾ ਉਹ ਉਸ ਧੀਆ ਦੇ ਘਰ ਦੇ ਵਿੱਚ ਆਏ ਪਿਛਲੇ ਸਾਲ ਵਰਕਸ਼ਾਪ ਦਾ ਉਦਘਾਟਨ ਕਰਕੇ ਗਏ ਪਿਛਲੇ ਸਾਲ ਸਿੱਧੂ ਹੁਣਾ ਨਾਲ ਵੀ ਮਤਲਬ ਸਿੱਧੂ ਮੂਸੇ ਵਾਲਾ ਨਾਲ ਵੀ ਤੁਹਾਡਾ ਕੁਝ ਆਉਣ ਵਾਲਾ ਸੀਗਾ ਪਲਾਨ ਚੱਲ ਰਿਹਾ ਸੀ ਕੋਈ ਨਹੀਂ ਦੇਖੋ ਸਿੱਧੂ ਬਾਈ ਦੇ ਨਾਲ ਨਾ ਮੇਰਾ ਫੋਨ ਤੇ ਗੱਲ ਹੁੰਦੀ ਸੀ ਮੀਟਿੰਗਾਂ ਬਹੁਤ ਘੱਟ ਹੋਈਆਂ ਕਿਉਂਕਿ ਫੀਲਡ ਵੱਖਰੇ ਵੱਖਰੇ ਸੀ ਸਾਡੀ ਦੇਖੋ ਮੇਰਾ ਟੋਟਲੀ ਫੋਕਸ ਸੀਗਾ ਬਾਈ ਦੀ ਸਿੰਗਿੰਗ ਸੀਗਾ ਨਾ ਉਹ ਆ ਬਖਰੇ ਬਖਰੇ ਪਿੰਡਾਂ ਚ ਕਰਦੇ ਪਰ ਇੱਕੋ ਦੂਜੇ ਦਾ ਸਤਿਕਾਰ ਬਹੁਤ ਸੀਗਾ ਏਰੀਆ ਕਰਕੇ ਤੇ ਏਰੀਆ ਕਰਕੇ ਦੇਖੋ ਨੇੜੇ ਨੇੜੇ ਪਿੰਡਾਂ ਨੇ ਅਸੀਂ ਮਾਨਸਾ ਦੇ ਵਿੱਚ ਰਹਿਣ ਵਾਲੇ ਆ ਨਾ ਪਰ ਉਹ 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 ਦੀ ਸੋਚ ਬੜੀ ਅੱਛੀ ਸੀ ਸੋਚ ਸੇਮ ਹੀ ਸੀ ਉਹ ਸਿੱਧੂ ਵੀ ਕੁੜੀਆਂ ਨੂੰ ਬਾਈ ਬੜਾ ਸਤਿਕਾਰ ਦਿੰਦਾ ਸੀ ਹਰ ਇੱਕ ਧੀ ਪਿੰਦਾ ਸਤਿਕਾਰ ਕਰਦਾ ਸੀ ਹੈ ਨਾ ਤੇ ਉਹਨੇ ਕਦੇ ਵੀ ਕੋਈ ਐਸੀ ਗੱਲ ਨਹੀਂ ਕੀਤੀ ਸੀ ਤੋਂ ਮਾਤਾ ਚਰਨ ਕੋਰ ਦੀ ਦਿਲੀ ਰੀਜ ਸੀ ਸਮਾਜਨੀਤਿਆਂ ਚ ਸ਼ਾਮਲ ਹੋਣਾ ਜਾਂ ਉਹ ਵਰਕਸ਼ਾਪ ਆ ਦੇਖਣੀ ਆ ਤੋਂ ਆਏ ਨੇ ਪਰ ਉਦੋਂ ਕੁਦਰਤੀ ਜਦੋਂ ਮਾਤਾ ਆਏ ਨੇ ਤੇ ਉਦੋਂ ਸਿੱਧੂ ਦੀ ਮੌਤ ਹੋ ਚੁੱਕੀ ਸੀ ਤੇ ਜਦੋਂ ਸਾਡੇ ਕੋਲ ਆਇਆ ਤਾਂ ਮਤਲਬ ਕਿ ਬਹੁਤ ਉਦਾਸ ਸੀਗੇ ਦੁਖੀ ਸੀ ਤੁਸੀਂ ਵੀ ਬੜੇ ਭਾਵਕ ਹੋ ਗਏ ਇਸ ਗੱਲ ਨੂੰ ਲੈ ਕੇ ਕਿ ਜੁੱਤੀ ਵੀ ਪੈਰੋਂ ਉਤਾਰ ਦਿੱਤੀ ਸੀ ਤੁਸੀਂ ਉਹ ਉਹੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਨਾ ਜਦੋਂ ਮਾਤਾ ਸਾਡੇ ਕੋਲੇ ਆਏ ਨੇ ਤਾਂ ਮਾਤਾ ਅੰਦਰ ਟੁੱਟੇ ਹੋਈ ਸੀ ਬਿਲਕੁਲ ਵੀ ਦੇਖੋ ਜਦੋਂ ਬੰਦਾ ਟੁੱਟਿਆ ਹੁੰਦਾ ਉਹਨੂੰ ਕਿਤੇ ਨਾ ਕਿਤੇ ਜਿੱਥੋਂ ਮੜਾ ਮੋਟਾ ਚੈਨ ਮਿਲ ਜੇ ਉੱਥੇ ਜਾਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹ ਮਾਤਾ ਚਰਨਕੌਰ ਨੂੰ ਤੇ ਆਪਣੇ ਆਪ ਨੂੰ ਸੇਮ ਨਜ਼ਰ ਦੇਖਦੇ ਹੋ ਦੇਖੋ ਮੇਰਾ ਮਤ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਮੇਰੀ ਮਾਂ ਮੇਰੇ ਕੋਲ ਨਹੀਂ ਹੈ ਉਧਰ ਉਹਦੇ ਕੋਲੇ ਪੁੱਤ ਨਹੀਂ ਹੈ ਪਰ ਦੇਖੋ ਮੈਂ ਤੁਹਾਡੇ ਮਾਦਰਾ ਮਰਿਆਂ ਜਿੱਕੇ ਸੱਚੀ ਗੱਲ ਦੱਸਣ ਲੱਗਾਂਗਾ ਮੇਰਾ ਮਾਤਾ ਵੀ ਮੇਰੀ ਮੇਰੀ ਜਨਮ ਤੋਂ ਬਾਅਦ ਮੇਰੀ ਮਾਂ ਚਲੀ ਗਈ ਸੀ ਮਾਤਾ ਚਰਨ ਕੋਲ ਦਾ ਪੁੱਤ ਚਲਾ ਗਿਆ ਉਹ ਮਾਂ ਦੀਆਂ ਨਜ਼ਰਾਂ ਇੱਕ ਪੁੱਤ ਨੂੰ ਚਾਹੁੰਦੀਆਂ ਨੇ ਤੇ ਇੱਕ ਪੁੱਤ ਦੀਆਂ ਨਜ਼ਰਾਂ ਇੱਕ ਮਾਂ ਨੂੰ ਚਾਹੁੰਦੀਆਂ ਨੇ ਮੇਰਾ ਇਹ ਰਿਸ਼ਤਾ ਦਾ ਪਰ ਜਦੋਂ ਮਾਤਾ ਚਰਨ ਕੋਲ ਆਈ ਚਰਨ ਕੋਰ ਮਾਤਾ ਜੀ ਸਾਡੇ ਕੋਲੇ ਆਏ ਨੇ ਹੈ ਮੈਂ ਉਹਨਾਂ ਨੂੰ ਘੁੱਟ ਕੇ ਆਪਣੇ ਗਲ ਵਕੜੀ ਚ ਲਿਆ ਮੈਂ ਇੱਕੋ ਹੀ ਵਾਦਾ ਕਰਾਇਆ ਸੀ ਮਾਂ ਜੀ ਮੈਂ ਤੈਨੂੰ ਪੁੱਤ ਦੀ ਲੋੜ ਆ ਨਾ ਤੇ ਮੈਨੂੰ ਵੀ ਮਾਂ ਦੀ ਲੋੜ ਆ ਮੈਂ ਕਿਹਾ ਤੁਹਾਡੇ ਨਾਲ ਵਾਦਾ ਕਰਦਾਂਗਾ ਮੈਂ ਹਨਾ ਪਰ ਕਦੇ ਵੀ ਹੁਣ ਤੁਹਾਡੀ ਅੱਖ 'ਚ ਹੰਝੂ ਨਹੀਂ ਆਉਣ ਦਿੰਦੇ ਕੋਸ਼ਿਸ਼ ਕਰੂੰਗਾ ਮੈਂ ਸਿੱਧੂ ਬੀਰੇ ਵਰਗੇ ਤਾਂ ਬਣ ਨਹੀਂ ਸਕਦੀ ਅਸੀਂ ਪਰ ਮੈਂ ਇੱਕ ਪੁੱਤ ਦੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਉੱਥੇ ਵਰਕਸ਼ਾਪ ਦੇ ਵਿੱਚ ਹੀ ਸਾਡੀਆਂ ਧੀਆਂ ਨੇ ਸਾਰੀਆਂ ਨੇ ਅਰਦਾਸਾਂ ਕਰਕੇ ਵਾਹਿਗੁਰੂ ਜੀ ਮਾਤਾ ਚਰਨ ਕੋਰ ਦੀਆਂ ਲੰਮੀ ਉਮਰਾਂ ਕਰੋ हे ਪਰਮਾਤਮਾ ਇਸ ਘਰ ਦੇ ਵਿੱਚ ਦੁਬਾਰਾ ਕਿਲਕਾਰੀ ਵੱਜੇ ਹਨਾ ਮਾਤਾ ਚਰਨ ਕੋਰ ਦੀ ਫੁਕਸ ਜੁੱਤੀ ਫਿਰ ਇਸੇ ਕਰਕੇ ਉਤਾਰੀ ਸੀ ਤੁਸੀਂ ਉਹ ਤੋਂ ਉਦੋਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਅਰਦਾਸਾਂ ਕਰੀਆਂ ਸੀ ਦੇਖੋ ਅਸੀਂ ਮੈਂ ਅਕਾਲਪੁਰਖ ਵਾਹਿਗੁਰੂ ਜੀ ਨੂੰ ਬਹੁਤ ਮੰਨਦਾ ਮੈਂ ਮੈਂ ਉਸ ਵਾਹਿਗੁਰੂ ਅੱਗੇ ਅਰਦਾਸ ਕਰੀ ਪਰਮਾਤਮਾ ਇਸ ਮਾਂ ਦੇ ਚਰ ਮੈਂ ਤਾਂ ਇੱਕ ਮਾਂ ਦੀ ਨਜ਼ਰ ਦੇ ਵਿੱਚ ਦੇਖਿਆ ਨਾ ਉਹਨਾਂ ਨੂੰ ਵੀ ਮਾਂ ਦੀ ਨਜ਼ਰ ਕਿ ਮਾਂ ਨੂੰ ਕਿੰਨੀ ਲੋੜ ਆ ਤੁਹਾਡਾ ਜਨਮ ਦਿਨ ਵੀ ਇੱਕ ਦਿਨ ਹੀ ਆ ਹਾਂ ਮਾਤਾ ਚਰਨ ਕੌਰ ਦਾ ਤੇ ਮੇਰਾ ਜਨਮ ਦਿਨ 15 ਮਈ ਦਾ ਇੱਕੋ ਜਨਮ ਦਿਨ ਆ ਇੱਕੋ ਦਿਨ ਜਨਮ ਹੋਇਆ ਸਾਡਾ ਹਨਾ ਤੇ ਉਹੀ ਸੰਤਾਪ ਮੈਂ ਹੰਡਾਇਆ ਉਹੀ ਮਾਤਾ ਚਰਨ ਕੌਰ ਨੇ ਹੰਡਾਇਆ ਉਹਨੇ ਇੱਕ ਜਵਾਨ ਪੁੱਤ ਗਵਾਇਆ ਮੈਂ ਮਾਂ ਗਵਾਈ ਉਹ ਚਲੋ ਉਹਨਾਂ ਨੇ ਤਾਂ ਫੇਰ ਵੀ 20 ਸਾਲ ਤੱਕ ਆਪਣੇ ਪੁੱਤ ਨੂੰ ਪਾਲਿਆ ਮੈਂ ਤਾਂ ਮਾਂ ਦਾ ਨਾਂ ਦੁੱਧ ਚੁੰਗਿਆ ਨਾ ਮੂੰਹੋਂ ਮਾਂ ਕਹਿ ਕੇ ਦੇਖਣਾ ਮੇਨੂੰ ਨਾਮ ਹੈ ਮਾਂ ਦੀ ਬੁੱਕਲ ਦਾ ਨਿੱਗ ਮੰਨਿਆ ਤੇ ਮਾਤਾ ਚਰਨਕੌਰ ਜਦੋਂ ਮੇਰੇ ਕੋਲ ਆਏ ਤੇ ਮੈਨੂੰ ਉਹਨਾਂ ਦੇ ਵਿੱਚ ਇੱਕ ਅਜੀਬ ਜਿਹੀ ਖਿੱਚ ਮਹਿਸੂਸ ਹੋਈ ਮੈਨੂੰ ਇੰਜ ਲੱਗਿਆ ਵੀ ਸ਼ਾਇਦ ਮੇਰੀ ਮਾਂ ਦੀ ਜਾਂ ਕਿਸੇ ਜਨਮਾਂ ਦਾ ਮੇਰੇ ਨਾਲ ਇਹਨਾਂ ਨਾਲ ਸੰਬੰਧ ਦਾ ਤਾਂ ਉਦੋਂ ਤੋਂ ਹੀ ਮੈਂ ਮਨ ਦੇ ਵਿੱਚ ਧਾਰ ਲਿਆ ਸੀਗਾ ਵੀ ਮੈਂ ਮਾਤਾ ਚਰਨਕੌਰ ਦਾ ਹਮੇਸ਼ਾ ਸਾਥ ਦੇਵਾਂਗਾ ਤੇ ਮਾਤਾ ਚਰਨਕੌਰ ਨੂੰ ਮੈਂ ਇੱਕ ਮਾਂ ਦੀ ਮਮਤਾ ਜ਼ਰੂਰ ਲਾਵਾਂਗਾ ਤਾਂ ਇਸ ਕਰਕੇ ਉਦੋਂ ਮਨੋਮਣੀ ਮੈਂ ਉਦਾਸ ਬੜਾ ਸੀ ਮਾਤਾ ਚਰਨਕੌਰ ਦੇਖੀ ਨਹੀਂ ਜਾਂਦੇ ਸੀ ਸਾਡੇ ਕੋਲੋਂ ਮੈਂ ਉਹਦੀ ਮਨੋਮਣੀ ਅਰਦਾਸ ਕਰੀ ਪ੍ਰਮਾਤਮਾ ਮਾਤਾ ਚਰਨਕੌਰ ਦੇ ਘਰ ਖੁਸ਼ੀਆਂ ਲੈ ਕੇ ਆਏ ਉਦੋਂ ਅਰਦਾਸ ਕਰਕੇ ਮੈਂ ਭਾਵਿਕਤਾ ਦੇ ਵਿੱਚ ਮੈਂ ਆਪਣੀ ਜੁਤੀ त्याਗੀ ਸੀ ਸੋਸ ਅਕਾਲਪੁਰਖ ਵੈਗੁਰੂ ਨੇ ਸਾਡੀਆਂ ਸਾਰੀਆਂ ਧੀਆਂ ਨੇ ਰਲ ਕੇ ਅਸੀਂ ਉਹਨਾਂ ਨੂੰ ਸੱਚੇ ਮੋਤੀ ਪਹਿਨਾਈ ਸੀ ਹੂੰ ਕਹਿੰਦੇ ਸੱਚੇ ਮੋਤੀ ਭੇਂਟ ਕਰਨਾ ਸਾਡੇ ਸੱਭਿਆਚਾਰ ਦੇ ਵਿੱਚ ਆ ਕੇ ਕਹਿੰਦੇ ਨੇ ਕਿ ਮੇਰਾ ਪੁੱਤ ਤਾਂ ਇੱਕ ਸੱਚਾ ਮੋਤੀ ਹੈ ਹੂੰ ਤੋ ਸੱਚੇ ਮੋਤੀ ਅਸੀਂ ਉਹਨਾਂ ਨੂੰ ਪੇਂਟ ਕਰੇ ਸੀਗੇ ਉਹ ਇੱਕ ਸਾਡੇ ਸੱਭਿਆਚਾਰ ਦੇ ਵਿੱਚ ਇੱਕ ਬਹੁਤ ਵੱਡਾ ਸ਼ਾਗਨ ਹੈ ਜਿਹਨੂੰ ਸੱਚੇ ਮੋਤੀ ਦਿੱਤੇ ਜਾਂਦੇ ਨੇ ਉਹਦੀਆਂ ਵਿਖਰੀਆਂ ਖੁਸ਼ੀਆਂ ਵਾਪਸ ਆ ਜਾਂਦੀਆਂ ਲਗੀਆਂ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਦਾ ਦਸਤਕ ਦਿੰਦੀਆਂ ਨੇ ਤੇ ਉਹ ਦੁੱਖਾਂ ਚ ਬਾਹਰ ਆਉਂਦਾ ਤੇ ਖੁਸ਼ੀਆਂ ਵੱਲ ਜਾਂਦਾ ਤਾਂ ਉਦੋਂ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਅਸੀਂ ਪਾਠ ਕਰਾ ਕੇ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਸੱਚੇ ਮੋਤੀ ਅਸੀਂ ਉਹਨਾਂ ਨੂੰ ਪੇਂਟ ਕਰੇ ਸੀ ਉਹ ਖੁਸ਼ੀਆਂ ਪਰਤੀਆਂ ਸੀ ਤੇ ਅਸੀਂ ਐਡਵਾਂਸ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਉਹ ਉਹ ਜ਼ਾੜੇ ਦੇ ਸਾਰੇ ਵਿਹਾਰ ਕਰੇ ਸੀ ਮਾਤਾ ਨੂੰ ਫੇਰ ਜਦੋਂ ਸਾਡੀਆਂ ਤੀਆਂ ਆਈਆਂ 31 ਜੁਲਾਈ ਨੂੰ ਉਦੋਂ ਸਾਡੀਆਂ ਕੁੜੀਆਂ ਨੇ ਆਪਦੇ ਹੱਥੀਂ ਬਾਗ ਕੱਢ ਕੇ ਮਾਤਾ ਚਰਨ ਕੌਰ ਨੂੰ ਪਿੰਡਕੀ ਬਾਗ ਵੀ ਸਾਡਾ ਖੁਸ਼ੀਆਂ ਤੇ ਸਗਣਾਂ ਦਾ ਪ੍ਰਤੀਕ ਹੈ ਉਦੋਂ ਅਸੀਂ ਅਰਦਾਸ ਕਰੀ ਸੀ ਪ੍ਰਮਾਤਮਾ ਮਾਤਾ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਔਰ ਬਾਪੂ ਬਲਕੌਰ ਜੀ ਨੂੰ ਅਸੀਂ ਬਾਗ ਪੇਂਟ ਕਰਕੇ ਇਹ ਅਰਦਾਸ ਕਰੀ ਸੀ ਵੀ ਇਹ ਬਾਗ ਮਾਤਾ ਚਰਨ ਕੌਰ ਉਦੋਂ ਲੋਗੀ ਜਦੋਂ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਤੇ ਜਦੋਂ ਬੱਚੇ ਨੂੰ ਲੈ ਕੇ ਉਹ ਘਰ ਆਉਣਗੇ ਤਾਂ ਬਾਗ ਦੀ ਬੁੱਕਲ ਮਾਰ ਲੈ ਕੇ ਬੁੱਕਲ ਮਾਰ ਕੇ ਲੈ ਕੇ ਆਉਣਗੇ ਸੋ ਸਾਰੀਆਂ ਚੀਜ਼ਾਂ ਹਕੀਕਤ ਵਿੱਚ ਵਰਤੀਆਂ ਉਹੀ ਬਾਗ ਲਿਆ ਉਹੀ ਬਾਗ ਲਿਆ ਉਹੀ ਸਭ ਕੁਝ ਹੋਇਆ ਉਸ ਤੋਂ ਬਾਅਦ ਹੁਣ ਪਿੱਛੇ ਜੀ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸੀ ਉਸੇ ਜਗ੍ਹਾ ਦੇ ਤੇ ਧੀਆਂ ਦੇ ਘਰ ਦੇ ਵਿੱਚ ਹੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਕੀਰਤਨ ਦਰਬਾਰ ਹੋਈ ਤੇ ਬਾਪੂ ਬਲਕੌਰ ਜੀ ਆ ਕੇ ਜੁੱਤੀ ਦੀ ਰਸਮ ਕਰਕੇ ਗਏ ਨੇ ਅਸੀਂ ਸ਼ੂਸ਼ਕ ਦੇ ਰੂਪ ਦੇ ਵਿੱਚ ਉਹ ਬਹੁਤ ਸਾਰੇ ਤੋਹਫੇ ਪਿਆਰ ਤੇ ਸਤਿਕਾਰ ਵੱਜੋਂ ਮਾਤਾ ਚਰਨ ਕੌਰ ਨੂੰ ਪਿੰਡ ਕਰੇ। ਇਹ ਗੱਲ ਬੁਰਾ ਨਾ ਮਨ아요 ਅਕਸਰ ਲੋਕ ਕੇ ਸਵਾਲ ਕਰ ਦਿੰਦੇ ਨੇ ਕਿ ਜਿਵੇਂ ਸਿੱਧੂ ਮੂਸੇ ਵਾਲਾ ਹੁਣਾਂ ਦੇ ਜਾਣ ਤੋਂ ਬਾਅਦ ਪਹਿਲਾਂ ਵੀ ਬਹੁਤ ਸਾਰੇ ਲੋਕ ਉਸ ਦਾ ਫਾਇਦਾ ਲੈਂਦੇ ਰਹੇ ਉਸ ਤੋਂ ਬਾਅਦ ਵੀ ਹੁਣ ਜਦੋਂ ਜਾਣਦੇ ਨੇ ਕਿ ਉਹ ਸਮਾਦ ਤੇ ਜਾ ਕੇ ਲੋਕ ਕੈਸ਼ ਕਰਦੇ ਨੇ ਬੱਚਿਆਂ ਨੂੰ ਲੈ ਜਾਂਦੇ ਨੇ ਜਾਂ ਕੋਈ ਵੀ ਕਲਾਕਾਰ ਜਾ ਕੇ ਉੱਥੇ ਵੀਡੀਓ ਪਾ ਦਿੰਦਾ ਫੋਟੋ ਪਾ ਦਿੰਦਾ ਤੇ ਅਸੀਂ ਅੱਗੇ ਆ ਜਾਈਏ ਪਾਲਸਮਾਉ ਤਾਂ ਨਹੀਂ ਸੋਚਦਾ ਕਿ ਤੇ ਇਹ ਕਦੇ ਵੀ ਨਹੀਂ ਨਾ ਸਿਰਫ ਫੇਮ ਲਈ ਜੁੜੇ ਆ ਤੇ ਨਈ ਉਹਨਾਂ ਨੂੰ ਅਸੀਂ ਵਰਤਨ ਲਈ ਜੁੜੇ ਆ ਸਾਡਾ ਉਹਨਾਂ ਨਾਲ ਇੱਕ ਅੰਦਰਲੀਆ ਭਾਵਨਾਵਾਂ ਦਾ ਸਤਿਕਾਰ ਹੈ ਅੰਦਰਲੀਆ ਜਿਹੜੀਆਂ ਇੱਕ ਨਹੀਂ ਇੱਕ ਮਾਂ-ਵਾਪ ਦਾ ਇੱਕ ਰਿਸ਼ਤਾ ਸਾਡਾ ਉਹ ਆ ਨਾ ਅਸੀਂ ਕਦੇ ਵੀ ਇਹ ਇਹਦੀ ਕਲਪਨਾ ਵੀ ਨਹੀਂ ਕਰ ਸਕਦੇ ਵੀ ਅਸੀਂ ਫੇਮ ਲਈ ਜੁੜੇ ਹਾਂ ਜੀ ਠੀਕ ਹੈ ਨਹੀਂ ਅਸੀਂ ਦਿਖਾਵੇ ਲਈ ਜੁੜੇ ਹਾਂ ਪਰ ਸਾਡਾ ਫਰਜ਼ ਬਣਦਾ ਸੀ ਵੀ ਇੱਕ ਟੁੱਟੇ ਹੋਏ ਪਰਿਵਾਰ ਨੂੰ ਜੋੜਨਾ ਇੱਕ ਟੁੱਟੀ ਹੋਈ ਰੂਹ ਨੂੰ ਦੁਬਾਰਾ ਖੜੇ ਕਰਨਾ ਜੁੱਤੀ ਵਾਲੀ ਗੱਲ ਵੀ ਤੁਸੀਂ ਕਦੇ ਮੀਡੀਆ 'ਚ ਕਦੇ ਨਹੀਂ ਸਮਝੀ ਕਰੀ ਨਹੀਂ ਕਦੇ ਵੀ ਕਦੇ ਵੀ ਨਹੀਂ ਦੇਖੋ ਜਦੋਂ ਪੂਰੀ ਹੋਏ ਬੱਚਾ ਹੋਇਆ ਅਸੀਂ ਉਦੋਂ ਉਹ ਵੀ ਮੈਥੋਂ ਜਿੱਦੇ ਸਿੱਧੂ ਦਾ ਜਨਮ ਹੋਇਆ ਜਿਹਦੇ ਜਨਮ ਹੋਇਆ 17 ਮਾਰਚ ਨੂੰ ਜਦੋਂ ਖੁਸ਼ੀ ਮੈਨੂੰ ਪਤਾ ਲੱਗਿਆ ਵੀ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਉਹਦੇ ਮੈਥੋਂ ਜਜਵਾਤੀ ਹੋ ਕੇ ਮੈਨੂੰ ਮੈਥੋਂ ਮੀਡੀਅਮ ਉਰੇ ਕਿਹਾ ਗਿਆ ਨਹੀਂ ਤਾਂ ਇਹ ਅਸੀਂ ਗੱਲ ਹੀ ਨਹੀਂ ਕਰਨੀ ਸੀ ਜੁੱਤੀ त्यागी ਸੀ ਉਹਨਾਂ ਨੂੰ ਪਤਾ ਸੀ ਮੈਨੂੰ ਪਤਾ ਸੀ ਅਸੀਂ ਗੁਪਤ ਹੀ ਗੁਪਤੀ ਇਹਦਾ ਇਹਦੀ ਜੁੱਤੀ ਪਾਉਣ ਦੀ ਰਸਮ ਕਰ ਲਈ ਸੀ ਪਰ ਉਹ ਮੀਡੀਆ ਦੇ ਉੱਤੇ ਜਦੋਂ ਗੱਲ ਕਹੀ ਤਾਂ ਮੀਡੀਆ ਤੇ ਕਾਫੀ ਫੈਲ ਗਈ ਗੱਲ ਫੇਰ ਵੀ ਅਸੀਂ ਬਹੁਤ ਪਬਲਿਕ ਤੋਂ ਦੂਰ ਰਹੀ ਜਦੋਂ ਇਹ ਰਸਮ ਹੋਈ ਉਹਦੋਂ ਵੀ ਫੇਰ ਸਾਨੂੰ ਪਤਾ ਵੀ ਜੋ ਜਿੰਨਾ ਵੀ ਮੀਡੀਆ ਹੈਗਾ ਉਹ ਸਾਡੇ ਨਾਲ ਬਹੁਤ ਨੇੜਤਾ ਨਾਲ ਜੁੜਿਆ ਹੋਇਆ ਖਾਸ ਕਰਕੇ ਮੀਡੀਆ ਤੇ ਜਿੰਨੀਆਂ ਵੀ ਕੁੜੀਆਂ ਇਹਦੀ ਮੀਡੀਆ ਕਰਮੀਆਂ ਨੇ ਉਹ ਸਾਡੀ ਵਰਕਸ਼ਾਪਾਂ ਦਾ ਹਿੱਸਾ ਰਹੀਆਂ ਨੇ ਉਹਨਾਂ ਦਾ ਮੇਰਾ ਬਹੁਤ ਪਹਿਲਾਂ ਦੀ ਰਿਸ਼ਤਾ ਹੈਗਾ ਮੈਨੂੰ ਭਰਾ ਸਮਝਦੀਆਂ ਨੇ ਹਣਾ ਮੇਰਾ ਉਹਨਾਂ ਦੇ ਭੈਣ ਭਰਾਵਾਂ ਵਾਲਾ ਜਿਸ ਤੋਂ ਤਾਂ ਅਕਸਰ ਮੇਰੇ ਹਰ ਇੱਕ ਕੋਲ ਮਰਜ਼ੀ ਸਮਾਗਮ ਕਰਾਉਂਦੇ ਕੁੜੀਆਂ ਉੱਥੇ ਆਉਂਦੀਆਂ ਨੇ ਤੇ ਨਾਲ ਨਾਲ ਜੌਬ ਵੀ ਕਰਦੀਆਂ ਨੇ ਤਾਂ ਉਹ ਸਾਡੇ ਸਾਡੇ ਸਾਰੇ ਪ੍ਰੋਗਰਾਮ ਨੂੰ ਕਵਰ ਕਰਕੇ ਵੀ ਲੋਕਾਂ ਤੱਕ ਪਹੁੰਚਾਉਂਦੀਆਂ ਨੇ ਤਾਂ ਇਸ ਕਰਕੇ ਵੀ ਮੈਨੂੰ ਲੱਗਦਾ ਜਦੋਂ ਪਿੱਛੇ ਜੁੱਤੀ ਦੀ ਰਸਮ ਹੋਈ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਪਿਆਣਾ ਤਾਂ ਇਸ ਕਰਕੇ ਕੋਈ ਫੇਮ ਲੈਣ ਦਾ ਮਤਲਬ ਨਹੀਂ ਸੀ ਸਾਡਾ ਹਣਾ ਜਾਂ ਸਾਡਾ ਕੋਈ ਦਿਖਾਵਾ ਕਰਨਾ ਨਹੀਂ ਸੀਗਾ ਅਸੀਂ ਅੰਦਰੋਂ ਜੁੜੇ ਹਾਂ ਰੂਹ ਨਾਲ ਜੁੜੇ ਹਾਂ ਤਾਂ ਇਸ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਸੀ ਨਿੱਕੇ ਸਿੱਧੂ ਆਇਆ ਘਰ ਦੇ ਵਿੱਚ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਜਿਵੇਂ ਹਰ ਚੀਜ਼ ਮੀਡੀਆ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਹਰ ਬੰਦਾ ਮੋਬਾਈਲ ਚੱਕੀ ਫਿਰਦਾ ਉਹ ਕਹਿੰਦਾ ਕਿ ਮੈਂ ਹਰ ਚੀਜ਼ ਦਿਖਾਉਣਾ ਚਾਹਣਾ ਹੈ ਤੁਹਾਨੂੰ ਵੀ ਲੱਗਦਾ ਕਿ ਜਦੋਂ ਵਿਚਾਰਚਾ ਦੇ ਵਿੱਚ ਇਹ ਗੱਲ ਆਉਂਦੀ ਹੈ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਵਾਇਰਲ ਹੁੰਦੀਆਂ ਇਸ ਤਰ੍ਹਾਂ ਬੱਚੇ ਨੇ ਆਉਣਾ ਫਿਰ ਬੱਚੇ ਦੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਹੋਰ ਗੱਲਾਂ ਚੱਲਦੀਆਂ ਨੇ ਤੁਹਾਨੂੰ ਲੱਗਦਾ ਉਸ ਨਿੱਕੇ ਬੱਚੇ ਨੂੰ ਆਪਣਾ ਜਿਹੜਾ ਜੀਵਨ ਆਪਣੇ ਢੰਗ ਨਾਲ ਚੱਲਣਾ ਚਾਹੀਦਾ ਨਹੀਂ ਦੇਖੋ ਇੱਥੇ ਮੈਂ ਮੈਂ ਹਰ ਚੀਜ਼ ਨੂੰ ਨਹੀਂ ਦਿਖਾਉਣਾ ਸੀਦਾ ਕੈਮਰੇ ਨੂੰ ਨਹੀਂ ਮੈਂ ਮੈਂ ਗਲਤ ਮੰਨਦਾ ਇਸ ਲੋਕਾਂ ਨੂੰ ਵੀ ਉਹਨਾਂ ਦੀ ਮਾੜੀ ਮਾੜੀ ਚੀਜ਼ ਨੂੰ ਚੱਕ ਲੈਣਾ ਆਪਾਂ ਉਹ ਆਖਰ ਨੂੰ ਇਨਸਾਨਾ ਪਰਿਵਾਰ ਹੋਣਾ ਪਹਿਲਾ ਤੇ ਇਹ ਦੇਖੋ ਵੀ ਉਹ ਪਰਿਵਾਰ ਤਾਂ ਕਿੱਡਾ ਕਹਿਰ ਟੁਕਿਆ ਭਾਵਨਾਵਾਂ ਨਾਲ ਜੁੜੀਆਂ ਉਹ ਵੱਖਰਾ ਮਸੂ ਹਾਂ ਦੇਖੋ ਆਪਾਂ ਕਹਿੰਨੇ ਵੀ ਦੇਖੋ ਦੁਆਵਾਂ ਮ ਕਰੋ ਜ਼ਰੂਰ ਕਰ ਪਰ ਇਹ ਥੋੜਾ ਹੁੰਦਾ ਵੀ ਉਹਨਾਂ ਨੂੰ ਦੇਖੋ ਮਾਤਾ ਚਰਨਕੌਰ ਦੇ ਕਿੰਨੀਆਂ ਫਵਾਹਾਂ ਡਾਈਆਂ ਉਹਨਾਂ ਦੇ ਜੋੜੇ ਬੱਚੇ ਹੋਣ ਵਾਲੇ ਜਿਹਨਾਂ ਜੇ ਹੁਣ ਵੀ ਦੇਖੋ ਇਹ ਉਹ ਇੱਕ ਪਹਿਲੀ ਗੱਲ ਤਾਂ ਮੰਗੀ ਹਣਾ ਫਿਰ ਉਹ ਧੀ ਹੈ ਕਿਸੇ ਦੀ ਕਿਸ ਘਰ ਦੀ ਇੱਕ ਔਰਤ ਉਹਦਾ ਸਨਮਾਨ ਕਰਨਾ ਸਾਡਾ ਬਣਦਾ ਅਸੀਂ ਇਹ ਥੋੜਾ ਵੀ ਸੱਜ ਚ ਪਾ ਕੇ ਛੰਡਦੀ ਅਸੀਂ ਹਾਂ ਮਾਤਾ ਚਰਨਕੌਰ ਦੋ ਬੱਚਿਆਂ ਨੂੰ ਜਨਮ ਦੇ ਵਿਕਲਕਾਰੀ ਵਜਨ ਕਿਤੇ ਘਰ ਨਿਕਲ ਕੀ ਦੇ ਕਰਨੀ ਬੱਚੇ ਹੁੰਦੇ ਹੂੰ ਵੀ ਇਹ ਇਹ ਰੋਲਾ ਪਾਉਣ ਵਾਲੀ ਉਹਨਾਂ ਨੂੰ ਆਪਣੀਆਂ ਧੀਆਂ ਪਹਿਨਾ ਬਾਰੇ ਵੀ ਸੋਚੀ ਜਾਂਦਾ ਵੀ ਉਹ ਮੈਨੂੰ ਲੱਗਦਾ ਵੀ ਉਹਨਾਂ ਦਾ ਇੰਨਾ ਕਿ ਜਿਉਣਾ ਹਰਾਮ ਕਰਤਾ ਮਤਲਬ ਕਿ ਮਾੜੀ ਮਾੜੀ ਗੱਲ ਉਹਨਾਂ ਦੀ ਚੱਕ ਲੈਣੀ ਦੇਖੋ ਬੱਚਾ ਹੋਇਆ ਆਪਾਂ ਨੂੰ ਪਤਾ ਵੀ ਆਪਾਂ ਪੰਜਾਬੀ ਸੱਭਿਆ ਚੱਲਦੀ ਜਦੋਂ ਬੱਚਾ ਜਦੋਂ ਆਪਾਂ ਬੱਚਾ ਜਨਮ ਲੈਂਦਾ ਨਾ ਆਪਾਂ ਨੂੰ ਸਵਾ ਮਹੀਨਾ ਗੱਲ ਵੀ ਨਹੀਂ ਕਰਦੇ ਬਾਹਰ ਬਾਹਰ ਪਪਾ ਵੀ ਨਹੀਂ ਘੜਦੇ ਉਹ ਲੋਕਾਂ ਨੇ ਜਿਹਦੇ ਜਨਮ ਲਿਆ ਉਹਦੀ ਉਹਨਾਂ ਦੀ ਫੋਟੋ ਮਾਪਾ ਚਲ ਫੋਟੋ ਤਾਂ ਅਸਲ ਫੋਟੋ ਤਾਂ ਇੱਕ ਬਾਪੂ ਬਲਕੌਰ ਦੇ ਚੱਕ ਹੋਇਆ ਉਹੀ ਹੈ ਬਾਕੀ ਤਾਂ ਮਨਕੜ ਤ ਫੋਟੋ ਮਾ ਕਲਪਨਾ ਕਾਲੀਂਗਾ ਫੋਟੋ ਬੱਚੇ ਤਾਂ ਵੀਡੀਓ ਵੀ ਨਹੀਂ ਅਜੇ ਤੱਕ ਸਾਹਮਣੇ ਆਈ ਹੂੰ ਆਈ ਮੈਂ ਕਿਸੇ ਹੋਰ ਬੱਚਾ ਨਾਲ ਜੋੜ 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 ਕੇ ਪਤਾ ਨਹੀਂ ਲੋਕਾਂ ਨੇ ਕਿੱਦਾਂ ਨੂੰ ਗੱਲ ਪਛਾਹਤੀ ਪਰ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਦੇਖੋ ਉਹ ਉਹ ਸਮਾਜਿਕ ਪ੍ਰਾਣੀ ਨੇ ਹਨ ਇੱਕ ਇਨਸਾਨੀ ਤੌਰ ਤੇ ਵੀ ਮਾਨੂੰ ਉਸ ਰੀਤੀ ਰਵਾਜਾਂ ਵਿੱਚ ਰਹਿਣ ਦੋ ਉਹਨੂੰ ਸਵਾਮੀ ਨਾ ਆਪਣੇ ਬੱਚੇ ਬੱਚੀ ਦਾ ਦੇਖਭਾਲ ਕਰਨ ਤੋਂ ਬੱਚਾ ਨਿਆਣਾਗਾ ਜੀ ਇਨਫੈਕਸ਼ਨ ਦਾ ਡਰ ਹੁੰਦਾ ਹਨਾ ਕਈ ਵਾਰ ਜਨੇਪੇ ਦੇ ਵਿੱਚ ਹੁੰਦਾ ਕੌਰ ਤੋਂ ਹੁੰਦੀ ਆ ਹਵਾ ਲੱਗ ਜਾਂਦੀ ਆ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਪਰ ਹਰ ਚੀਜ਼ ਨਾ ਤੁਸੀਂ ਦਿਖਾਓ ਹਾਂ ਹਰ ਨਹੀਂ ਦੇਖੋ ਉਹ ਸਮਾਜ ਚ ਰਹੂਗਾ ਨਾ ਬੱਚਾ ਉਹ ਹਨਾ ਜਦੋਂ ਵੱਡਾ ਹੋਊਗਾ ਉਹਨੇ ਖੇਡਣਾ ਵੀ ਹੈ ਸਕੂਲ ਲਈ ਪੜ੍ਹਨਾ ਵੀ ਹੈ ਸਾਰਾ ਕੁਝ ਕਰਨਾ ਹੀ ਆਪਣੇ ਜੀ ਰਹਿਣਾ ਆਪਾਂ ਹੁਣ ਜੀ ਉੱਥੇ ਮਗਰਮਗਰੀ ਕੈਮਰੇ ਵਾਲੇ ਫਿਰਦੇ ਹੋ ਕਿਵੇਂ ਹਾਂ ਇਹ ਇਹ ਗੱਲਾਂ ਗਲਤ ਨੇ ਇਹ ਮੈਨੂੰ ਨਹੀਂ ਲੱਗਦਾ ਵੀ ਇਦਾਂ ਕਰਨੀਆਂ ਚਾਹੀਦੀਆਂ ਸਗੋਂ ਉਹਨਾਂ ਨੂੰ ਉਹ ਉਹਨਾਂ ਦੇ ਲਈ ਨਾ ਇੱਕ ਬਹੁਤ ਵੱਡੀਆਂ ਨਾ ਚੁਣੌਤੀ ਹਣਾ ਇੱਕ ਜਮ ਦੇ ਵਿੱਚ ਤੇ ਦੇਖੋ ਕਿੱਡਾ ਵੱਡਾ ਰੌਲਾ ਪਿਆ ਇੱਕ ਜਮ ਦੇ ਪਹਿਲੀ ਵਾਰ ਗੱਲ ਸੁਣੀ ਹੈ ਵੀ ਇੱਕ ਜਮ ਦੇ ਬੱਚੇ ਦੇ ਦਸਤਾਵੇਜ਼ ਮੰਗੇ ਜਾ ਰਹੇ ਨੇ ਇੱਕ ਜਮ ਦੇ ਬੱਚੇ ਤੇ ਦਰਖਾਸਤਾਂ ਦਿੱਤੀਆਂ ਜਾਂਦੀਆਂ ਨੇ ਤਾਂ ਮਤਲਬ ਕਿ ਵੀ ਬਹੁਤੀ ਸਾਰੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਹਣਾ ਉਹਨੂੰ ਆਪਾਂ ਇੱਕ ਆਮ ਪਬਲਿਕ ਦੇ ਵਿੱਚ ਉਦੋਂ ਹੀ ਮਹਿਸੂਸ ਕਰਨਾ ਚਾਹੀਦਾ ਜਿੱਦਾਂ ਜੇ ਆਪਣੇ ਘਰ ਕਰਦੇ ਆ ਤੇ ਸਾਡੇ ਲੋਕਾਂ ਦੀ ਮਾਨਸਿਕਤਾ ਕਿ ਇੱਕੋ ਚੀਜ਼ ਨੂੰ ਚੱਕੀ ਜਾਣਾ ਜੀ ਆਹ ਗੱਲ ਹੁੰਦੀ ਆ ਤਾਂ ਵੀ ਸਿੱਧੂ ਪਰਿਵਾਰ ਆ ਗੱਲ ਹੁੰਦੀ ਆ ਤਾਂ ਵੀ ਸਿੱਧੂ ਪਰਿਵਾਰ ਵੀ ਹਰ ਜਗ੍ਹਾ ਸਿੱਧੂ ਪਰਿਵਾਰ ਨੂੰ ਨਹੀਂ ਇਕੜੀ ਸੁਣਾ ਚਾਹੀਦਾ ਠੀਕ ਹੈ ਉਹਨਾਂ ਨਾਲ ਹਮਦਰਦੀ ਰੱਖ ਰੱਖੋ ਉਹਨਾਂ ਨੂੰ ਪਿਆਰ ਦਿਓ ਸਤਿਕਾਰ ਦਿਓ ਮਾਪਿਆਂ ਕੋਲੇ ਜਾਓ ਉਹ ਮੇ ਹਰ ਇੱਕ ਨੂੰ ਮਿਲਦੇ ਨੇ ਕੀ ਉਹਨਾਂ ਨੂੰ ਮਿਲਦੇ ਕਿਸੇ ਕਿਸੇ ਨੂੰ ਉਹ ਖਾਲੀ ਮੋੜਦੀ ਨਹੀਂ ਜੀ ਉਹ ਤਾਂ ਡਾਊਨ ਟੂ ਅਰਥ ਰਹਿਣ ਵਾਲਾ ਪਰਿਵਾਰ ਆ ਤੁਸੀਂ ਮਿਲ ਕੇ ਤਾਂ ਵੇਖੋ ਉਹਨਾਂ ਨੂੰ ਉਹ ਹਰ ਇੱਕ ਨੂੰ ਸਤਿਕਾਰ ਦਿੰਦੇ ਨੇ ਪਰ ਉਹਨਾਂ ਨੂੰ ਅਫਵਾਹਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਉਹਨਾਂ ਦਾ ਸਤਿਕਾਰ ਕਰੋ ਪਿਆਰ ਕਰੋ ਤਾਂ ਹਰ ਇੱਕ ਨੂੰ ਮਿਲਦੇ ਨੇ ਉਹ ਤਾਂ ਉਹ ਤਾਂ ਇੱਕ ਜਗਤ ਮਾਪੇ ਬਣ ਗਏ ਕਿ ਕਿ ਕਿਦੇ ਸੇ ਤੇ ਨਹੀਂ ਹੱਥ ਰੱਖਦੇ ਉਹ ਕਿਉਂ ਨਹੀਂ ਜਿੱਤ ਦਿੰਦੇ ਤਾਂ ਮੈਨੂੰ ਲੱਗਦਾ ਵੀ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਨਾ ਕਿ ਉਹਨਾਂ ਦੀਆਂ ਫੋਹਾਂ ਡਾਉਣੀਆਂ ਚਾਹੀਦੀਆਂ। ਕੀ ਆਵਾਜ਼ ਆਜੀ ਸੂਰਜ ਜਾ ਰਿਹਾ ਹੈਗਾ ਤੇ ਇਸ ਸਾਰੀ ਕਾਇਨਾਤ ਦੇ ਲਈ ਕੋਈ ਜਾਂਦਿਆਂ ਦੇ ਕੋਈ ਬੋਲੀ। ਹਾਂ ਬੋਲੀ ਸੂਰਜ ਨੇ ਵਹਿ ਪਰਤ ਆਉਣਾ ਕੱਲੂ ਫੇਰ। ਹਾਂ ਸੂਰਜ ਕਹਿੰਦੇ ਨੇ ਤਾਂ ਹਰ ਇੱਕ ਸ਼ਿੱਕੇ ਦੇ ਦੋ ਪਹਿਲੂ ਨੇ ਹਨਾ ਜਿਵੇਂ ਦਿਨ ਆ ਤਾਂ ਰਾਤ ਵੀ ਆ ਹਨਾ ਤੇ ਜੇ ਖੁਸ਼ੀ ਆ ਤਾਂ ਗਮੀ ਵੀ ਆ ਤਾਂ ਬਹੁਤ ਸਾਰੇ ਗੱਲਾਂ ਹੁੰਦੀਆਂ ਨੇ ਤਾਂ ਮੈਂ ਕਿ ਜਿਹੜਾ ਇਹ ਸਮਾਂ ਨਾ ਜਿਸ ਸਮੇਂ 'ਚ ਆਪਾਂ ਹੁਣ ਬੈਠੇ ਆਂ ਜਿਹੜਾ ਇਹ ਜਾ ਰਿਹਾ ਐ ਅਕਸਰ ਕਹਿੰਦੇ ਆ ਮਤਲਬ ਪਿੰਡਾਂ 'ਚ ਇਹ ਗੱਲ ਹੁੰਦੀ ਸੀ ਕਿ ਉਦਾਸੀ ਵਾਲਾ ਸਮਾਂ ਹੋ ਜਾਂਦਾ ਕੁੜੀਆਂ ਜਦੋਂ ਕਰੇ ਉਡੀਕਦੀਆਂ ਮਾਹੀ ਆਊਗਾ ਤਾਂ ਉਸ ਤਰ੍ਹਾਂ ਦੀ ਕੋਈ ਬੋਲੀ ਸੁਣਾਓ ਜੀ ਮੈਂ ਗੀਤ ਸੁਣਾਉਣਾ ਮੇਰੇ ਯਾਦ ਆ ਗਿਆ ਕਹਿੰਦੇ ਰਾਮਾਂਬੇ ਸੂਰਜ ਤੇ ਚੰਨ ਦਾ ਪੈ ਗਿਆ ਝਗੜਾ ਪੈ ਗਿਆ ਝਗੜਾ ਕੋਣਾ ਜੀਤੇ ਕੋਣਾ ਹਾਰੇ ਵੇ ਰਾਮਾ ਵੇ ਚੰਦ ਕਾਹੇ ਮੈਨੂੰ ਸਭ जग ਦੇਖੇ ਸਭ जग ਦੇਖੇ ਸੂਰਜ ਕਾਹੇ ਤਾਪ ਮੇਰਾ ਵੇ ਸਵੇਰੇ ਜਗੀਤਾ ਇਹ ਨਾ ਚੰਦ ਸੂਰਜ ਦੇ ਨਾਲ ਸਾਡੀਆਂ ਸਵਾਨੀਆਂ ਅਖ਼ਰੀ ਗਾਉਂਦੀਆਂ ਰਹੀਆਂ ਨੇ ਜੀ ਬਿਲਕੁਲ ਬਹੁਤ ਮੱਲਾ ਕਿ ਸਾਰੇ ਪਾਸੇ ਜਿਹੜੀ ਸਾਊਂਡ ਹੈ ਵਖਰ ਗਈ ਹੈ ਬਹੁਤ ਬਹੁਤ ਸ਼ੁਕਰੀਆ ਪਾਲ ਭਾਈ ਸਮਾਂ ਦੇਣ ਲਈ ਬਹੁਤ ਬਹੁਤ ਤਨਮਈ ਤੁਹਾਡਾ